ਪਰ ਸਾਹਿਬ ਜਿਹੜੀਆਂ ਇਹ ਲੇਟਾਂ ਫੇਟਾਂ ਹੁਣ ਕੱਢ ਕੇ ਜਾਣੀਆਂ। ਪਿਆਰੀ ਸਾਹ ਸੰਡੀ ਜੇਕਰ ਪਲੇਅਰ ਤੁਹਾਨੂੰ ਵਧੀਆ ਲੱਗ ਰਹੇ ਹੈ ਇੱਕ ਵਾਰੀ ਦਿਲੋਂ ਤਾਰੀ ਮਾਰ ਕੇ ਦੱਸਿਓ ਖਾ। ਇਹ ਸਭ ਲੇਟਾਂ ਫੇਟਾਂ ਹੁਣ ਨੌਜਵਾਨਾਂ ਨੇ ਕੱਢ ਕੇ ਜਾਣੀ ਹੈ। ਚੋਟੀ ਦਾ ਮੁਕਾਬਲਾ ਜਿਹੜਾ ਦੋਵਾਂ ਟੀਮਾਂ ਦੇ ਦਰਮਿਆਨ ਖੇਡਿਆ ਜਾਵੇਗਾ। ਦੁਨੀਆਂ ਦੇ ਕਹਿੰਦੇ ਵੱਡੇ ਵੱਡੇ ਮੱਲ ਖੇਡ ਮੈਦਾਨ ਚ ਆ ਗਏ ਹੈ, ਟੱਕਰ ਸਿਰ ਦੀ ਹੋਣੀ ਹੈ। ਦਸ ਜੁਲਾਈ ਹੋਵੇਗੀ ਮਾਤਾ ਜੀ ਦਾ ਮੰਦਿਰ ਘਰਿਆਲੇ ਦੀ ਧਰਤੀ ਤੇ ਸ਼੍ਰੀਮਾਨ 108 ਸ਼੍ਰੀਮਾਨ ਮਾਤਾ ਗੁਰਭਜਨ ਕੌਰ ਜੀ ਦੀ ਸਲਾਨਾ ਵਰਸ਼ੀ ਸਵੇਰੇ 11 ਵਜੇ ਤੋਂ ਲੈ ਕੇ 6 ਵਜੇ ਤੱਕ ਹਰਭਜਨ ਮਾਨ, ਜਾਗਰ ਹੁਸੈਨ ਅਤੇ ਰਾਤ ਨੂੰ 7 ਵਜੇ ਤੋਂ ਲੈ ਕਰਕੇ ਜਿਹੜਾ ਮਾਂ ਖੇਡ ਕਬੱਡੀ ਦਾ ਮਹਾਂਕੁੰਭ ਸ਼ੁਰੂਆਤ ਹੋਵੇਗੀ। ਵੱਡੀਆਂ ਰੌਣਕਾਂ ਬਹਾਰਾਂ ਲੱਗਣਗੀਆਂ। ਪ੍ਰਭਜੋਤ ਸਿੰਘ ਜੀ, ਪ੍ਰਭ ਧਾਲੀਵਾਲ ਸਾਹਿਬ ਵਿਸ਼ੇਸ਼ ਤੌਰ ਤੇ ਜਾਣਕਾਰੀ ਵਿੱਚ ਵਾਧਾ ਕਰਕੇ ਗਏ ਹੈ। ਡੀਪੀ ਸੰਧੂ ਸਾਹਿਬ ਵੱਡੀਆਂ ਜ਼ਿੰਮੇਵਾਰੀਆਂ ਸਾਂਭਣਗੇ ਉਸ ਖੇਡ ਮੇਲੇ ਤੇ ਵੀ। ਇੰਤਜ਼ਾਰ ਬਾਰੀਆਂ ਮਾਰਨੀਆਂ ਪਾਰੀਆਂ ਬਾਰੀਆਂ ਮੱਖੀ ਕਲਾਂ ਤੋਂ ਆਇਆ ਹੈ। ਠੀਕ ਹੈ ਜੀ, ਵੀਰ ਕਹਿ ਰਿਹਾ ਕਿ ਸਿਰ ਤੇ ਬਾਪ ਦਾ ਸਾਇਆ ਨਹੀਂ ਹੈ, ਜ਼ਰੂਰ ਮਾਣ ਸਨਮਾਨ ਕਰਨੇ ਹੈ। ਜਿਹਦੇ ਵੀ ਗੇਮਾਂ ਵਾਲੇ ਕਰਤਵਾਂ ਵਾਲੇ ਵੀਰ ਆਏ ਹੈ, ਮਾਣ ਸਨਮਾਨ ਕਰੀਏ। ਔਰ ਹੁਣ ਚੋਟੀ ਦੀ ਟੱਕਰ ਤੇ ਕੱਲ੍ਹ ਦਾ ਦੇਣ ਹਿਮਾਲਿਆ ਪਰਬਤ ਫਰੰਦੀਪੁਰੀਆ ਗੋਪੀ ਜੀ, ਮੱਖਣ ਸੰਧੂ ਸਾਹਿਬ ਕੱਲ੍ਹ ਨੂੰ ਵੱਡੀਆਂ ਰੌਣਕਾਂ ਬਹਾਰਾਂ ਪਿੰਡ ਬਲੇਰ ਦੀ ਧਰਤੀ ਤੇ ਲਵ ਸਾਡਾ ਵੀਰ ਦੋਧੀਆਂ ਦਾ ਮੁੰਡਾ ਤਾਬੇ ਸੁਰ ਸਿੰਘੀਆ ਦਾ ਚੰਡਿਆ ਹੋਇਆ ਚੇਲਾ ਬਾਲਕਾ ਹੈ। ਕੱਲ੍ਹ ਨੂੰ ਹਰਦੇਵ ਸੰਧੂ ਸਾਹਿਬ, ਗੁਰਸੇਵਕ ਸਿੰਘ ਚੀਲਾ ਭਲਵਾਨ ਜੀ, ਵੱਡੀਆਂ ਗੱਲਾਂ ਬਲੇਰ ਦੀ ਧਰਤੀ ਤੇ ਹੋਣਗੀਆਂ। ਲਓ ਸਿਰੇ ਦੀ ਟੱਕਰ ਤੇ ਦੁਨੀਆਂ ਦੇ ਵੱਡੇ ਵੱਡੇ ਮੱਲ ਕਹਿੰਦੇ ਅੱਜ ਫਰੰਦੀਪੁਰੀਏ ਨੇ ਵੀ ਸੱਦੇ ਹੈ। ਮੱਖਣ ਸੰਧੂ ਦੇ ਕਾਕੇ ਕਲੇਰ ਨੇ ਵੀ ਕਸਰ ਕੋਈ ਨਹੀਂ ਛੱਡੀ। ਦੁਨੀਆਂ ਦੇ ਵੱਡੇ ਵੱਡੇ ਮੱਲ ਆਓ ਖੇਡ ਮੈਦਾਨ ਦੇ ਵਿੱਚ ਹੈ। ਜਿਹੜੇ ਜਿਹੜੇ ਕਹਿੰਦੇ ਵੀ ਪਲੇਅਰ ਬਹੁਤ ਵਧੀਆ ਆਏ, ਕਿਰਾ ਤਾੜੀ ਮਾਰ ਕੇ ਦੱਸੋ। ਆਓ ਸਿਰੇ ਦੀ ਟੱਕਰ ਹੋਵੇਗੀ ਖੇਡ ਮੈਦਾਨ ਦੇ ਵਿੱਚ ਕਿ ਖੇਡ ਦੇ ਮੈਦਾਨ ਵਿੱਚ ਖਿੱਚ ਦੀ ਲਕੀਰ, ਅੱਜ ਪਤਾ ਲੱਗੂ ਕਿਹਦਾ ਤਗੜਾ ਸਰੀਰ। ਆਓ ਕੱਦੀ ਚੀਮੇ ਵਾਂਗੂ ਪਾ ਦਿਓ ਕਬੱਡੀਆਂ ਕਿ ਜਿੱਤਣ ਨਹੀਂ ਦੇਣੇ ਹੋਰ ਮਿੱਤਰੋ। ਕਿਆ ਉਹ ਸਾਹਮਣੇ ਪਿਆ ਕੱਪ ਕਿੰਨੇ ਚੁੱਕਣਾ ਲਾ ਕੇ ਡੌਲਿਆਂ ਪੱਟਾਂ ਦਾ ਪੂਰਾ ਜ਼ੋਰ ਮਿੱਤਰੋ। ਆਓ ਸਾਹਮਣੇ ਪਿਆ ਕੱਪ ਕਿੰਨੇ ਚੁੱਕਣਾ ਲਾ ਕੇ ਡੌਲਿਆਂ ਪੱਟਾਂ ਦਾ ਪੂਰਾ ਜ਼ੋਰ ਮਿੱਤਰੋ। ਡੌਲਿਆਂ ਪੱਟਾਂ ਦਾ ਕਹਿੰਦੇ ਜ਼ੋਰ ਪਰਖਿਆ ਜਾਣਾ ਦੁਨੀਆਂ ਦੇ ਵੱਡੇ ਵੱਡੇ ਮੱਲ। ਆਓ ਦੇਖਦਾ ਸਾਹਮਣੇ ਖੇਡ ਮੈਦਾਨ ਦੇ ਵਿੱਚ ਆ ਗਏ ਹੈ ਭੂਰਿਆਂ ਵਾਲੇ ਗਿੰਦਰ ਵਰਗੇ, ਮੱਖਣ ਸੰਧੂ ਵਰਗੇ, ਮੈਂ ਦੇਖਦਾ ਕਿ ਚੋਟੀ ਚੋਟੀ ਦੇ ਮੱਲ, ਅਮਰੀਕ ਘਾਂਗੇ ਵਰਗੇ, ਨਰਿੰਦਰ ਦਾ ਕਹਿੰਦੇ ਦੁੱਲੇ ਕੇ ਪਿੰਡ ਹੈ ਤੇ ਨਾਲ ਕਹਿੰਦੇ ਗੋਪੀ ਵਰਗੇ ਮਹਾਨ ਪਲੇਅਰ ਮੈਂ ਦੇਖਦਾ ਖੇਡ ਮੈਦਾਨ ਦੇ ਵਿੱਚ ਸਿਰੇ ਦੀ ਟੱਕਰ ਹੈ। ਸੁੱਖ ਦਾ ਕਹਿੰਦੇ ਭੰਗਾਲਾ ਪਿੰਡ ਹੈ, ਉਹ ਭੰਗਾਲੇ ਵਾਲਾ ਸੁੱਖ ਵੀ ਖੇਡ ਮੈਦਾਨ ਦੇ ਵਿੱਚ ਆ ਗਿਆ। ਫਰੰਦੀਪੁਰੀਏ ਨੇ ਕਹਿੰਦੇ ਉਹ ਕਬੱਡੀ ਦੀਆਂ ਬਰੀਕੀਆਂ ਦੱਸੀਆਂ ਥੋੜੇ ਸਮੇਂ ਅੰਦਰ, ਭੰਗਾਲੇ ਵਾਲਾ ਸੁੱਖ ਥੋੜੇ ਦਿਨਾਂ ਅੰਦਰ। ਉਹ ਵੱਡੇ ਵੱਡੇ ਪ੍ਰਮੋਟਰਾਂ ਨੇ ਸੁੱਖ ਡਾਲਰਾਂ ਦੇ ਬੈਗ ਫੜ ਕੇ ਤੇਰੇ ਮਗਰ ਫਿਰਨਾ, ਡਾਲਰਾਂ ਦੇ ਬੈਗ ਫੜ ਫੜ ਕੇ ਤੇਰੇ ਮਗਰ ਫਿਰਨਾ ਵੀ ਸਾਡੇ ਵੱਲੋਂ ਖੇਡ। ਕਿਸੇ ਨੇ ਕਹਿਣਾ ਵੀ ਸਾਡੇ ਵੱਲੋਂ ਖੇਡ। ਸੁਖਾ ਸਾਹਿਬ ਦੱਸ ਦਈਏ ਹੁਣ ਜਿਹੜੀ ਟੀਮ ਬਹਾਦਰ ਬਾਬਾ ਬੀਧੀ ਚੰਦ ਕਬੱਡੀ ਕਲੱਬ ਫਰੰਦੀਪੁਰ, ਹਿਮਾਲਿਆ ਪਰਬਤ ਫਰੰਦੀਪੁਰੀਏ ਗੋਪੀ ਹੁਣਾਂ ਦੀ ਟੀਮ, ਉਹ ਠੀਕ ਜਿਹੜੇ ਪਾਸੇ ਆ ਡਰੈਨ ਬਣੀ ਹੈ, ਡਿਫੈਂਸ ਬਣਿਆ ਹੈ,
ਉਸ ਸਾਈਡ ਤੇ ਜਿਹੜੀ ਟੀਮ ਉਹ ਫਰੰਦੀਪੁਰ ਦੀ ਖੇਡ ਕਲੱਬ ਹੈ। ਜੇ ਕਹਿ ਦਈਏ ਭਿੱਖੀ ਪਿੰਡ ਵਾਲੀ ਸਾਈਡ ਤੇ ਉਹ ਟੀਮ ਹੈ ਅਮਰ ਸ਼ਹੀਦ ਭਾਈ ਲਖਮੀਰ ਸਿੰਘ ਕਬੱਡੀ ਕਲੱਬ ਕਰਿਆਲਾ, ਜਿਨ੍ਹਾਂ ਦੇ ਨਾਲ ਧੰਨ ਧੰਨ ਬਾਬਾ ਹਰਦਾਸ ਸਿੰਘ ਜੀ ਸ਼ਹੀਦ ਚੂਗ ਪਿੰਡ ਵਾਲਿਆਂ ਨੇ ਸ਼ਹਾਦਤ ਦੇ ਜਾਮ ਪੀਤੇ ਸਨ। ਇਹ ਸ਼ਹੀਦਾਂ ਸਿੰਘਾਂ ਦੀ ਧਰਤੀ ਅੱਜ ਪੀਰਾਂ ਫਕੀਰਾਂ ਦੀ ਯਾਦ ਵਿੱਚ, ਪੀਰ ਬਾਬਾ ਰੋਡੇ ਸ਼ਾਹ ਜੀ ਦੀ ਯਾਦ ਵਿੱਚ ਇਹ ਵੱਡਾ ਸੱਭਿਆਚਾਰ ਮੇਲਾ, ਹੁਣ ਖੇਡ ਮੇਲੇ ਦੀ ਸ਼ੁਰੂਆਤ ਹੋਵੇਗੀ ਰਾਜਾ ਚੋਲਾ ਸਾਹਿਬ। ਪਰ ਸਾਹਮਣੇ ਅਨੰਦਪੁਰ ਸਾਹਿਬ ਦੀ ਚੈਂਪੀਅਨਸ਼ਿਪ ਦਾ ਬੈਸਟ ਰੇਡਰ ਬਣਨ ਵਾਲਾ ਦੁਨੀਆ ਦਾ ਰੁਸਤਮ ਖਿਡਾਰੀ ਆਓ ਸਾਹਮਣੇ ਖੇਡ ਦੇ ਮੈਦਾਨ ਵਿੱਚ। ਸੁੱਗਾ ਸਾਹਿਬ ਤੁਸੀਂ ਵੀ ਸੀਨੀਅਰ ਤੇ ਆ ਨੌਜਵਾਨ ਦੱਸਣ ਦੀ ਲੋੜ ਨਹੀਂ। ਕਹਿੰਦੇ ਮੱਖੀ ਘੜਾ ਵਾਲਾ ਸਰਦਾਰ ਬਿਕਰਮਜੀਤ ਸਿੰਘ ਜੀ ਸੰਧੂ ਦਾ ਪੁੱਤਰ ਆਹ ਖੇਡ ਮੈਦਾਨ ਚ ਪਹਿਲੀ ਰੇਡ ਪਾਉਣ ਨੂੰ ਵਧਿਆ ਹੋਇਆ ਹੈ। ਚਾਰ ਤਿਆਰ ਹੈ, ਇੱਕ ਕੰਨੀ ਦੇ ਕਹਿੰਦੇ ਮੱਖਣ ਸੰਧੂ ਮੱਖੀਓ ਫਰੰਦੀ ਪ੍ਰੀਏ ਗੋਪੀ ਨੇ ਮੱਲੀ ਹੋਈ ਹੈ ਤੇ 65 ਕਹਿੰਦੇ ਧਾਵੀ ਦੇ ਸੇ ਜੁੜਦਾ ਹੋਇਆ। ਛੋਟਿਆ ਵੀਰਾ ਚੋਲਾ ਸਾਹਿਬ ਦਾ ਜੋਬਨ ਖੇਡ ਮੈਦਾਨ ਆਹ ਸਰਦਾਰ ਚੈਂਚਲ ਸਿੰਘ ਦਾ ਸੁਪੁੱਤਰ ਲੰਡੀ ਜੀਵ ਦਾ ਜੇਤੂ ਭਰਵੇਂ ਜੁੱਸੇ ਵਿੱਚ ਸਿੱਖ ਸਰਦਾਰ ਕਬੱਡੀ ਪਾਉਣ ਲਈ ਵਧਿਆ ਹੋਇਆ ਹੈ। ਗੋਰੇ ਸਾਡੇ ਭਰਾ ਨੂੰ ਢੇਰ ਸਾਰੀਆਂ ਮੁਬਾਰਕਾਂ। ਜੱਜ ਸਰਪੰਚ ਯੂਕੇ ਯਾਰਾਂ ਦੋਸਤਾਂ ਦੇ ਨਾਲ ਮਿਲ ਕੇ ਅੱਜ ਵੱਡਾ ਮਾਣ ਸਨਮਾਨ ਕਰਨਾ ਵੀਰ ਦਾ। ਪਰ ਸਾਹਮਣੇ ਜੋਬਨ ਚੋਲਾ ਸਾਹਿਬ ਦੀ ਧਰਤੀ ਦਾ ਪੁਆਇੰਟ ਲੈ ਕੇ ਵਾਪਸ ਹੈ। ਜਿਵੇਂ ਪ੍ਰਭਜੋਤ ਸਿੰਘ ਪ੍ਰਭ ਧਾਲੀਵਾਲ ਭਰਾ ਨੇ ਜਾਣਕਾਰੀ ਵਿੱਚ ਵਾਧਾ ਕੀਤਾ ਸੀਗਾ ਕਿ ਸਾਡੇ ਜੋਤਾ ਸਿੰਘ ਸਭਰਾ ਕਬੱਡੀ ਦੇ ਰੁਸਤਮ ਦੀ ਥੋੜ੍ਹੀ ਜਿਹੜੀ ਸਿਹਤ ਉਹ ਢਿੱਲੀ ਹੋਈ ਹੈ। ਇਹ ਜੋਤਾ ਸਿੰਘ ਸਭਰਾ ਦਾ ਗਰਾਈ ਲਓ ਸਾਹਮਣੇ ਲਓ। ਇਸ ਸਮੇਂ ਖੇਡ ਦੇ ਮੈਦਾਨ ਵਿੱਚ ਲਾਡੀ ਭੁੱਲਰ ਕਬੱਡੀ ਪਾਉਣ ਲਈ ਵਧਿਆ ਹੋਇਆ। ਸੁੱਗਾ ਸਾਹਿਬ ਕਰੀਏ ਨੌਜਵਾਨ ਫੁਲਕਾਰੇ ਬਣਦਾ ਚੇਲਾ, ਪਰ 2 ਨੰਬਰ ਤੋਂ ਗੱਭਰੂ ਨੇ ਟੁੱਟ ਕੇ ਜਫਾ ਲਾਉਣ ਦੀ ਗੱਲ ਕੀਤੀ ਹੈ। ਸੱਚੀ ਬੋਲੀ ਬੋਲ ਗਿਆ, ਕਹਿੰਦੇ ਫਰੰਦੀਪੁਰੀਆ ਕਹਿੰਦਾ ਵੀ ਪੁਆਇੰਟ ਜਿਹੜਾ ਧਾਵੀ ਦੇ ਹਿੱਸੇ ਜੁੜ ਗਿਆ ਹੈ। ਥੋੜੇ ਸਮੇਂ ਤੱਕ ਆ ਗੱਭਰੂ ਵੀ ਕਹਿੰਦੇ ਮਲੇਸ਼ੀਆ ਦੀ ਡਾਂਡ ਭਰ ਜਾਣੀ ਹੈ। ਸੁਰ ਸਿੰਘਿਆ ਕਹਿੰਦੇ ਮਨਤੇਜ ਇਸ ਵੇਲੇ ਪਹਿਲੀ ਰੇਡ ਪਾਉਣ ਨੂੰ ਵਾਧਾ ਹੋਇਆ ਕਿ ਬਾਪੂ ਕਹਿੰਦਾ ਖੇਡ ਪੁੱਤਾ ਛੇਰ ਬਣ ਕੇ ਵਿਖਾ ਦੇ ਉਹ ਕਬੱਡੀ ਦਾ ਪਲੇਅਰ ਬਣ ਕੇ ਯਾਰ ਬੇਲੀ ਰਿਸ਼ਤੇਦਾਰ ਮਾਣ ਕਰਦੇ ਗੁਣਾ ਬਿਨਾ ਕੋਈ ਨੀ ਕਿਸੇ ਨੂੰ ਜਾਣਦਾ ਪੁੱਤ ਜਿੰਨਾ ਮਾਵਾਂ ਦੇ ਕਬੱਡੀ ਖੇਡਦੇ। ਆਓ ਨਾਮ ਉੱਚਾ ਹੋ ਜਾ ਸਾਰੇ ਖਾਨਦਾਨ ਦਾ। ਗੋਲਡੀ ਸਾਡਾ ਵੀਰ ਹੈ ਕਬੂਤਰ ਨਾਲ ਗੁਰਜੰਟ ਹੋਣੀ ਨਾਲ ਚਮਕੌਰ ਪੰਛੀ ਸਾਡਾ ਵੀਰ ਹੈ। ਕਾਕਾ ਵੀ ਆ ਗਿਆ ਚੂੰਗਾ ਵਾਲਾ। ਪਰ ਸਾਹਮਣੇ ਵਾਹ ਵੀ ਨੌਜਵਾਨਾਂ ਤੇਜਪਾਲ ਸੁਰ ਸਿੰਘ ਪਿੰਡ ਵਾਲਾ ਲਓ ਸਾਹਮਣੇ ਕਾਰਜ ਮਸਤ ਕਰੀਏ। ਨੌਜਵਾਨ ਨੇ ਡੱਕਣ ਦੀ ਕੋਸ਼ਿਸ਼ ਕੀਤੀ ਹੈ। ਇਲਾਕੇ ਭਰ ਦੀਆਂ ਸੰਗਤਾਂ ਦਾ ਧੰਨਵਾਦ ਹੈ। ਇਲਾਕੇ ਭਰ ਦੇ ਪੰਚ ਸਰਪੰਚ ਸਾਹਿਬਾਨ ਵਿਸ਼ੇਸ਼ ਤੌਰ ਤੇ ਚੱਲ ਕੇ ਆਏ ਹੈ। ਲਓ ਮੰਨਾ ਚੱਠੂ ਕਬੱਡੀ ਪਾਉਣ ਲਈ ਵਧਿਆ ਹੋਇਆ ਹੈ ਕਿ ਹੁੰਦੀ ਰੱਬ ਵਰਗੀ ਪੰਚਾਇਤ ਕਦੇ ਮੋੜੀਏ ਨਾ ਤੇ ਥੋੜੀ ਗੱਲ ਪਿੱਛੇ ਨਾਲ ਸੱਜਣਾ ਗਵਾਈਏ ਨਾ। ਪਰ ਇੱਕ ਪਾਸੇ ਇਹ ਮੁੰਡਾ ਕਹਿੰਦੇ ਸੰਧੂਆਂ ਦਾ ਇਹ ਪ੍ਰਭ ਸੰਧੂ ਇਹ ਸੁਰ ਸਿੰਘ ਪਿੰਡ ਵਾਲਾ ਤੇ ਦੂਸਰੇ ਪਾਸੇ ਮੰਨਾ ਚੱਠੂ ਉਹ ਨਵੇਂ ਪਿੰਡ ਵਾਲਾ ਉਹ ਟੱਕਰ ਸਿਰੇ ਦੀ ਆ ਲੱਗਦਾ ਯੋਰ ਹੁੰਦੀ ਹੋਈ ਬੱਲੇ ਬੱਲੇ ਬੀਤਦਾ ਸਮਾਂ ਨੰਬਰ ਰੇਡਰ ਦੇਸੇ ਹੈ। ਅਗਲੀ ਰੇਡ ਮਹਿਕ ਪੱਤਰ ਦੀ ਦੇ ਬੋਲ ਪੱਤਰ ਕਹਿੰਦੇ ਸਰਦਾਰ ਪਿੱਪਲ ਸਿੰਘ ਦਾ ਸੁਪੱਤਰ ਖੇਡ ਮੈਦਾਨ ਚ ਰੇਡ ਪਾਉਣ ਨੂੰ ਵਧਿਆ ਹੋਇਆ। ਸਾਹਮਣੇ ਚਾਰ ਪਿਆਰ ਪਰ ਤਿਆਰ ਹੈ, ਇੱਕ ਕੰਨੀ ਕਹਿੰਦੇ ਬਾਬੇ ਬਲਦੇਵ ਦੇ ਸੁਪੱਤਰ ਨੇ ਮੱਲੀ ਹੋਈ ਹੈ, ਇੱਕ ਕੰਨੀ ਕਹਿੰਦੇ ਟਹਿਲ ਸਿੰਘ ਭੂਰਿਆਂ ਵਾਲੇ ਦਾ ਪੁੱਤ ਉਹ ਖੇਡ ਮੈਦਾਨ ਦੇ ਵਿੱਚ ਹੈ। ਚਾਰ ਪਿਆਰ ਨੇ ਨਾਲ ਕਹਿੰਦੇ ਰੂੜੀ ਵਾਲਾ ਪਿੰਡ ਜੀਵਨ ਦਾ ਅੰਮ੍ਰਿਤ ਵਰਗੇ ਦੁਨੀਆਂ ਦੇ ਮਹਾਨ ਖੜੇ ਹੈ, ਤੱਕਦੇ ਖੇਡ ਮੈਦਾਨ ਦੇ ਵਿੱਚ ਕੌਣ ਡੱਕ ਲੈਣ ਦੀ ਗੱਲ ਕਰਦਾ ਹੈ। ਪੱਤੜਾਂ ਵਾਲਾ ਵਾਹਿਗੁਰੂ ਚਾਰ ਭਰਾਵਾਂ ਦੀ ਘੁੰਮਦੀ ਚੈਨ ਦੇ ਵਿੱਚ
2 ਨੰਬਰ ਤੋਂ ਟੁੱਟ ਕੇ ਆ ਟਰਾਈ ਕਹਿੰਦੇ ਰੂੜੀ ਵਾਲੇ ਦੇ ਜੀਵਨ ਨੇ ਕੀਤੀ ਹੈ। ਪੁਆਇੰਟ ਧਾਵੀ ਦਾ 11 ਤੇ 12 ਭਾਦਰ ਨੂੰ ਰੇਸ਼ਮ ਮੱਦਰ ਕਹਿੰਦਾ ਆ ਰਾਣਾ ਭੁੱਲਰ ਕਹਿੰਦਾ ਵੀ ਦੁਨੀਆਂ ਦੇ ਵੱਡੇ ਸਟਾਰ ਸਦਨੇ ਆ ਛੋਟਾ ਵੀਰਾ ਕਬੱਡੀ ਦਾ ਜਾਮਾ ਅਮੀਸ਼ਾ ਆਓ ਬਲਜਿੰਦਰ ਗੱਟੂ ਅਮੀਸ਼ਾ ਵਾਲੇ ਦਾ ਤਰਾਸ਼ਿਆ ਚੇਲਾ ਬਾਲਕਾ ਕਾਕਾ ਅਮੀਸ਼ਾ ਪਿੰਡ ਵਾਲਾ ਕਬੱਡੀ ਪਾਉਣ ਲਈ ਵਧਿਆ ਹੋਇਆ ਹੈ। ਪਹਿਲੇ ਪਾਤਸ਼ਾਹ ਸਹਿਤ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਦੀ ਉਹ ਚਰਨ ਤੇ ਸ਼ੋਭ ਪ੍ਰਾਪਤ ਧਰਤੀ ਹੈ। ਵਾਹ ਵੀ ਕਾਕਿਆ ਗਿਆ ਕਾਕਾ ਤੇ ਆਇਆ ਕਾਕਾ ਸੇਵਕ ਰਤਨ ਲਓ ਸਾਹਮਣੇ ਕਹਿੰਦੇ ਵਾਗੇ ਬਾਰਡਰ ਦੇ ਨਜ਼ਦੀਕ ਵਸਿਆ ਹੋਇਆ ਰਤਨ ਪਿੰਡ ਉਸ ਧਰਤੀ ਦਾ ਸੇਵਕ ਭਰਵੇਂ ਜੁੱਸੇ ਵਿੱਚ ਨਾ ਜਾਣ ਕਬੱਡੀ ਪਾਉਣ ਲਈ ਵਧਿਆ ਹੋਇਆ ਹੈ। ਸੁੱਗਾ ਸਾਹਿਬ ਜਦੋਂ ਇਹਦੇ ਪਿੰਡ ਖੇਡ ਮੇਲਾ ਹੋਇਆ ਤੇ ਇਸ ਨੌਜਵਾਨ ਨੂੰ ਲੰਡੀ ਜੀਪ ਦੇ ਕੇ ਨਵਾਜਿਆ ਵੀਰਾਂ ਨੇ। ਧੰਨਵਾਦ ਉਹਨਾਂ ਵੀਰਾਂ ਦਾ। ਪਰ ਸਾਹਮਣੇ ਕਾਰਜ ਇੱਕ ਕੰਨੀ ਤੇ ਕਿੰਦਰ ਆ ਭੂਰਿਆਂ ਵਾਲਾ ਸਰਦਾਰ ਟਹਿਲ ਸਿੰਘ ਗਿੱਲ ਦਾ ਸੁਪੁੱਤਰ ਜੱਫਾ ਨਹੀਂ ਲਾ ਸਕਿਆ ਪੁਆਇੰਟ ਰੇਡਰ ਦੱਸੇ ਹੈ। ਅਗਲੀ ਕਬੱਡੀ ਬਾਊ ਨਵੇਂ ਪਿੰਡ ਆ ਗਿਆ ਨਵੇਂ ਪਿੰਡੀਏ ਕਹਿੰਦੇ ਰਵੀ ਦਾ ਪਿੰਡੂ ਹੈ ਇਹ ਮੰਨੇ ਦਾ ਪਿੰਡੂ ਹੈ ਇਸ ਸਮੇਂ ਖੇਡ ਮੈਦਾਨ ਚ ਗੱਭਰੂ ਜਿਹੜਾ ਹੁਣ ਰੇਡ ਪਾਉਣ ਨੂੰ ਵਧਿਆ ਹੋਇਆ ਸਾਹਮਣੇ ਚਾਰ ਖੜੇ ਨੇ ਕਿ ਚਾਰ ਖੜੇ ਜਾਫੀ ਧਾਵੀ ਆ ਗਿਆ ਭੱਜ ਕੇ ਕੌਣ ਖਿੱਚੂ ਗੱਟੇ ਕੌਣ ਲੱਗੂ ਭੱਜ ਕੇ ਕਿਹਦੇ ਮੋਟੇ ਪਾਟੋ ਆ ਕਿਹਦੇ ਟੌਲੇ ਗੁੰਦੇ ਨੇ ਇਹ ਧਰਤ ਮੇਰੇ ਪੰਜਾਬ ਦੀ ਇੱਥੇ ਸ਼ੇਰ ਹੀ ਪੈਦਾ ਹੁੰਦੇ ਨੇ ਇਹ ਧਰਤ ਮੇਰੇ ਪੰਜਾਬ ਦੀ ਇੱਥੇ ਸ਼ੇਰ ਹੀ ਪੈਦਾ ਸ਼ੇਰ ਪੈਦਾ ਹੁੰਦੇ ਸ਼ੇਰ ਭਿੜਦੇ ਚਮਕੌਰ ਸਿਆ ਜਦੋਂ ਸ਼ੇਰ ਭਿੜਦੇ ਆ ਤੇ ਮੇਰਾ ਵੀਰ ਬਣ ਕੇ ਥੋੜਾ ਸਾਈਡ ਤੇ ਆ ਜਾ ਕਰੇ ਸੁੱਗਾ ਸਾਹਿਬ ਕਰ ਚੱਕੀਏ ਬਾਇਕ ਲਓ ਸਾਹਮਣੇ ਤੱਕ ਦੇ ਖੇਡ ਮੈਦਾਨ ਚ ਡਵਿੰਡੀ ਵਾਲਾ ਔਰ ਇੰਦਰਜੀਤ ਖੇਡ ਮੈਦਾਨ ਦੇ ਚ ਰੇਡ ਪਾਉਣ ਨੂੰ ਵਧਿਆ ਹੋਇਆ ਹੈ। ਗਲ ਦੇ ਵਿੱਚ ਕਾਲੀ ਗਾਨੀ ਪਾਈ ਹੋਈ ਹੈ ਕਿ ਕਾਲੀ ਗਾਨੀ ਜਦੋਂ ਤੱਕ ਖਰੀਦੀ ਸੰਗਰੂਰ ਤੋਂ ਔਰ ਘੋੜੀਆ ਅਮਰਜੀਤ ਵੇਂਦਾ ਰਿਹਾ ਦੂਰ ਤੋਂ ਘੋੜੀਆ ਅਮਰਜੀਤ ਵੇਂਦਾ ਰਿਹਾ ਦੂਰ ਤੋਂ ਅਮਰਤ ਨੇ ਟਰਾਈ ਕੀਤੀ ਹੋਈ ਹੈ ਔਰ ਪੁਆਇੰਟ ਕਹਿੰਦੇ ਇਸ ਵੇਲੇ ਧਾਵੀ ਦੇ ਹਿੱਸੇ ਜੁੜਦਾ ਹੋਇਆ ਇੰਦਰਜੀਤ ਪੁਆਇੰਟ ਲੈ ਕੇ ਵਾਪਸ ਸੁੱਗਾ ਸਾਹਿਬ ਵੀਰਾਂ ਨੇ ਫੋਨ ਕੀਤਾ ਹੈ ਕਿ ਹਿਮਾਲਿਆ ਪਰਬਤ ਫਰੰਦੀਪੁਰੀਆ ਗੋਪੀ ਜਿੰਨੇ ਜੱਫੇ ਲਾਵੇਗਾ ਤਰਮਣ ਸਾਡਾ ਵੀਰ ਤੇ ਜੱਜ ਸਰਪੰਚ ਯੂਕੇ ਵੱਲੋਂ ਵੱਡੇ ਮਾਣ ਸਨਮਾਨ 500 ਦੇ ਕੀਤੇ ਜਾਣਗੇ। ਪਰ ਮੱਖਣ ਆ ਗਿਆ ਸੁੱਗਾ ਸਾਹਿਬ ਆਓ ਮੱਖਣ ਸੰਧੂ ਖੇਡ ਮੈਦਾਨ ਚ ਰੇਡ ਪਾ ਰਿਹਾ ਹੈ ਸਰਦਾਰ ਬਿਕਰਮਜੀਤ ਸਿੰਘ ਜੀ ਦਾ ਸਪੁੱਤਰ ਹੈ ਤੱਕ ਦੇ ਖੇਡ ਮੈਦਾਨ ਚ ਪੱਧਰੀ ਵਾਲੇ ਕਬੂਤਰ ਦੀ ਵਿਸਲ ਆਓ ਕੀ ਫੈਸਲਾ ਕਰਦੀ ਹੈ ਕਬੂਤਰਾ ਦਈਏ ਫੈਸਲਾ ਕਾਮਰੇਡ ਸਾਹਿਬ ਆ ਰਹੀਏ ਜਾਫੀ ਦੇ ਸੇ ਜੁੜਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬੱਖਰ ਸੰਧੂ ਸਾਹਿਬ ਅੱਜ ਹਰਜਿੰਦਰ ਸਿੰਘ ਜੀ ਕਾਮਰੇਡ ਸਾਹਿਬ ਖੁਸ਼ ਨੇ ਕਿ ਸਰਦਾਰ ਬਿਕਰਮਜੀਤ ਸਿੰਘ ਸੰਧੂ ਕਾਮਰੇਡ ਦਾ ਸਪੁੱਤਰ ਅੱਜ ਕਾਮਰੇਡਾਂ ਦੇ ਪਿੰਡ ਕਾਮਰੇਡ ਖੇਡਣ ਆਇਆ ਹੈ ਚੋਟੀ ਦੀ ਟੱਕਰ ਹੈ ਸੰਧੂ ਸਾਹਿਬ ਆ ਰਹੀਏ ਲਓ ਹਰਿੰਦਰ ਸਿੰਘ ਇਸ ਸਮੇਂ ਸੋਹਲ ਪਿੰਡ ਵਾਲਾ ਧੰਨ ਧੰਨ ਸੈਨ ਭਗਤ ਜੀ ਦਾ ਗਰਾਈ ਇਸ ਸਮੇਂ ਕਬੱਡੀ ਪਾਉਣ ਲਈ ਸੋਹਲਾ ਵਾਲੇ ਗੁਰਲਾਲ ਦੇ ਪਿੰਡ ਦਾ ਇਹ ਕਰਨ ਸੰਧੂ ਦੇ ਪਿੰਡ ਦਾ ਤੇ ਟੱਕਰ ਸਾਹਮਣੇ ਟਹਿਲ ਸਿੰਘ ਗਿੱਲ ਦਾ ਸਪੁੱਤਰ ਜੱਫਾ ਲਾਉਣ ਦਾ ਯਤਨ ਪੁਆਇੰਟ ਰੇਡਰ ਦੱਸੇ ਹੈ ਚਮਕੌਰ ਪੰਛੀ ਸਾਡਾ ਵੀਰ ਵੱਡੀਆਂ ਜ਼ਿੰਮੇਵਾਰੀਆਂ ਸਾਂਭੀਆਂ ਹੈ ਸੁੱਗਾ ਸਾਹਿਬ ਲਾਡੀ ਭੁੱਲਰ ਆ ਗਿਆ ਬਲਕਾਰੇ ਬਣਦਾ ਚੇਲਾ ਹੈ ਬਾਬਾ ਆਤਮਾ ਸਿੰਘ ਜੀ ਕਬੱਡੀ ਅਕੈਡਮੀ ਘਰਿਆਲੇ ਵੱਲੋਂ ਖੇਡਦਾ ਹੈ ਇਹ ਸਰਵਣ ਔਲਖੁਣਾ ਦਾ ਚਹੇਤਾ ਹੈ ਇਹ ਹਰਿੰਦਰ ਸਾਹਿਬ ਡਿਆਲ ਜਰਮਨੀ ਵਾਲਿਆਂ ਦਾ ਆਹ ਚਹੇਤਾ ਸਭੇ ਖੇਡ ਮੈਦਾਨ ਚ ਰੇਡ ਪਾਉਣ ਨੂੰ ਵਧਿਆ 2 ਨੰਬਰ ਤੋਂ ਟਰਾਈ ਜੱਗੂ ਨੇ ਕੀਤੀ ਹੈ ਪਰ ਕਬੂਤਰ ਦਾ ਇਸ਼ਾਰਾ ਪੁਆਇੰਟ ਧਾਵੀ ਦੇ ਸੇ ਜੁੜ ਗਿਆ ਸੁੱਗਾ ਸਾਹਿਬ ਚਮਕੌਰ ਸੁੱਗਾ ਸਾਹਿਬ ਚਮਕੌਰ ਵੀਰ ਨੇ ਜਾਣਕਾਰੀ ਵਿੱਚ ਵਾਧਾ ਕੀਤਾ ਹੈ ਕਿ ਅਗਲੇ ਸਾਲ ਜਿਹੜਾ ਸੱਭਿਆਚਾਰ ਮੇਲਾ ਹੋਵੇਗਾ
ਉੱਥੇ ਛਿੰਦੇ ਵਾਲੇ ਬਾਗੀ ਨੇ ਆਉਣਾ ਹੈ, ਬਾਗੀ ਦਾ ਖਾੜਾ ਲੱਗੇਗਾ। ਤਾੜੀ ਮਾਰੋ ਪਿਆਰੀ ਸਾਸਕ ਜੀ ਗੁਰਦੇਵ, ਆਓ ਸਾਹਮਣੇ ਸੁਰ ਸਿੰਘ ਪਿੰਡ ਵਾਲਾ ਮੁੰਡਾ ਕਬੱਡੀ ਪਾ ਰਿਹਾ ਤੇ ਕਾਰਜ ਮਸਤ ਕਰੀ ਆ। ਆ ਟੱਕਰ, ਆ ਟੱਕਰ ਦੇਖਣ ਯੋਗ ਲੱਗਦਾ, ਜੋਰ ਹੁੰਦੀ ਹੋਈ ਬੱਲੇ ਬੱਲੇ ਭਿਰਦੇ ਵੱਧ ਗਏ ਹੂਟਰ ਕੇ ਮੁੜਕੋ ਮੁੜਕੀ ਹੋ ਗਿਆ ਮਿੱਤਰੋ ਜੋਰ ਚੋਪਰਾਂ ਦਾ, ਕੰਡਾ ਬੀਨੀ ਚੁਭਦਾ ਜਿਸਮ ਕਠੋਰ ਚੋਪਰਾਂ ਦਾ, ਚੜੀ ਜਵਾਨੀ ਗਰਮ ਖੂਨ ਲਲਕਾਰੇ ਤਾਂ ਵੱਜਦੇ, ਆਹ ਰਾਜੇ ਖੇਲੇ ਮਰਦ ਮਦਾਨੋ ਡਰ ਕੇ ਨਹੀਂ ਭੱਜਦੇ, ਆਹ ਰਾਜੇ ਖੇਲੇ ਮਰਦ ਮਦਾਨੋ ਡਰ ਕੇ ਨਹੀਂ ਭੱਜਦੇ। ਸੁੱਗਾ ਸਾਹਿਬ ਜੱਜ ਸਰਪੰਚ ਯੂਕੇ ਤੇ ਤਰਮਨ ਸਾਡਾ ਵੀਰ ਕਹਿੰਦਾ ਅੰਮੀ ਸ਼ਾਹ ਪਿੰਡ ਵਾਲੇ ਕਾਕੇ ਦੀਆਂ ਤਿੰਨ ਕਬੱਡੀਆਂ 2000 ਦੀਆਂ ਪੈਣਗੀਆਂ। ਠੇਕੇਦਾਰ ਸਾਹਿਬ ਆਨੰਦ ਮਾਣ ਰਹੇ ਹੈ, ਪਰ ਮਾਂ ਖੇਡ ਕਬੱਡੀ ਦਾ ਚੋਟੀ ਦਾ ਮੈਚ ਖੇਡਿਆ ਜਾ ਰਿਹਾ ਹੈ, ਤੁਸੀਂ ਸਾਰੇ ਸਤਿਕਾਰਯੋਗ ਹੋ। ਤੁਹਾਡੇ ਸਾਰਿਆਂ ਦੇ ਨਾਮ ਪੀਰ ਬਾਬਾ ਰੋਡੇ ਸ਼ਾਹ ਜੀ ਆ ਵੀ ਆਉਂਦੇ ਹੈ। ਆਹ ਚੋਟੀ ਦੀ ਟੱਕਰ ਅੱਜ ਚੂੰਗ ਪਿੰਡ ਵਿੱਚ ਖੇਡੀ ਜਾ ਰਹੀ ਹੈ। ਇੱਕ ਪਾਸੇ ਲਓ ਸਾਹਮਣੇ ਜੋਬਨ ਚੋਹਲਾ ਸਾਹਿਬ ਦੀ ਧਰਤੀ ਦਾ ਪੁਆਇੰਟ ਲੈ ਕੇ ਵਾਪਸ ਹੈ ਜੱਜ ਯੂਕੇ ਤੇ ਨਾਲ ਤਰਮਨ ਵੀਰ ਵੱਲੋਂ ਸੁੱਗਾ ਸਾਹਿਬ। ਤਿੰਨ ਕਬੱਡੀਆਂ ਕਾਕੇ ਦੀਆਂ 2000 ਦੀਆਂ, ਆਓ ਕਾਕੇ ਦੀਆਂ ਤਿੰਨ ਕਬੱਡੀਆਂ ਕਹਿੰਦੇ 2000 ਦੀਆਂ, ਭੰਗਾਲੇ ਵਾਲਿਆ 2000 ਤੁਰਿਆ ਫਿਰਦਾ, ਜਾਂ ਚੋਲੇ ਵਾਲੇ ਨੂੰ ਕਹਿ ਦੇ, ਜਾਂ ਫਰਦੀ ਪ੍ਰੀਏ ਨੂੰ ਕਹਿ ਦੇ, ਜਾਂ ਸੁਰ ਸਿੰਘੀਏ ਨੂੰ ਕਹਿ ਓਏ ਆ 2000 ਤੁਰਿਆ ਫਿਰਦਾ, ਆ 2000 ਤੁਰਿਆ ਫਿਰਦਾ, 2000 ਆ 2000 ਤੁਰਿਆ ਫਿਰਦਾ। ਪੁਆਇੰਟ ਕਹਿੰਦੇ ਧਾਵੀ ਦੇ ਸੇ ਜੁੜ ਗਿਆ, ਆ ਮੁੰਡੇ ਦਾ ਦੇਖੋ ਸਰੀਰ ਮੁੱਠੀ ਭਰ ਹੈ, ਪਰ ਆਰਤੀਆਂ ਦੇ ਸਿਰਾਣੇ ਵਾਂਗ ਗੁੰਦਿਆ ਸਰੀਰ ਹੈ, ਸੁਰ ਸਿੰਘ ਪਿੰਡ ਹੈ। ਜਦੋਂ ਦੀ ਕਹਿੰਦੇ ਫਰੰਦੀ ਪ੍ਰੀਏ ਨੇ ਉਂਗਲ ਫੜੀ ਹੈ ਮੁੰਡਾ ਮਸ਼ਹੂਰ ਹੋਇਆ, ਮਲੇਸ਼ੀਆ ਦਾ ਵੀਜ਼ਾ ਲੱਗਾ ਹੋਇਆ, ਪਰ ਆਹ ਕੌਣ ਹੈ ਤੱਕ ਦੇ ਜਿਹੜਾ ਗੱਭਰੂ ਕਹਿੰਦੇ ਇੱਕ ਨੰਬਰ ਤੋਂ ਟੁੱਟ ਕੇ ਮੈਨੂੰ ਲੱਗਦਾ ਇਹਦਾ ਰੂੜੀ ਵਾਲਾ ਪਿੰਡ ਉਹ ਚੋਲਾ ਸਾਹਿਬ ਦੇ ਲਾਗੇ ਕਰਕੇ ਵੱਸਿਆ। ਦੁਨੀਆਂ ਜੀਵਨ ਜੀਵਨ ਕਹਿੰਦੀ ਹੈ, ਦੁਨੀਆਂ ਜੀਵਨ ਜੀਵਨ ਕਹਿੰਦੀ ਹੈ, ਨਵੇਂ ਪਿੰਡੀਆ ਬਾਊ ਆ ਗਿਆ, ਬਾਊ ਆ ਗਿਆ। ਹੁਣ ਟੱਕਰ ਫੇਰ ਦੇਖਣ ਯੋਗ ਹੋਵੇਗੀ ਪ੍ਰਭ ਧਾਲੀਵਾਲ ਸਿਆ, ਗੱਲਾਂ ਟਿਕਾਣੇ ਲੱਗਣਗੀਆਂ। ਆ ਯਾਰਾਂ ਦਾ ਯਾਰ ਸਾਰੀਆਂ ਸਤਿਕਾਰਯੋਗ ਹਸਤੀਆਂ ਵਿਸ਼ੇਸ਼ ਤੌਰ ਤੇ ਪਹੁੰਚੀਆਂ, ਸੁੱਖ ਪੰਘਾਲੀਆ ਆ ਉਖੜ ਦੇ ਪੈਰ ਤੇ ਬਾਊ ਨਵੇਂ ਪਿੰਡ ਵਾਲਾ ਪੁਆਇੰਟ ਲੈ ਕੇ ਵਾਪਸ ਹੈ। ਅਗਲੀ ਕਬੱਡੀ ਸਾਹਮਣੇ ਤੱਕਾਂਗੇ ਖੇਡ ਦੇ ਮੈਦਾਨ ਵਿੱਚ, ਮਹਿਕ ਪੱਤਣ ਪਿੰਡ ਵਾਲਾ ਕਬੱਡੀ ਪਾਉਣ ਲਈ ਵਧਿਆ ਹੋਇਆ ਹੈ, ਸਰਪੰਚ ਸਾਹਿਬਾਨਾਂ ਦਾ, ਸਾਰੀਆਂ ਸਤਿਕਾਰਯੋਗ ਹਸਤੀਆਂ ਦਾ ਬਹੁਤ ਬਹੁਤ ਧੰਨਵਾਦ। ਮਹਿਕ ਸੁੱਗਾ ਸਾਹਿਬ ਇਹ ਪੱਤਣ ਪਿੱਪਲ ਸਿੰਘ ਦਾ ਪੁੱਤਰ ਤੱਕ ਦੇ ਖੇਡ ਮੈਦਾਨ ਚ ਰੇਡ ਪਾ ਰਿਹਾ, ਦੂਜੀ ਸਾਈਡ ਤੇ ਕਹਿੰਦੇ ਬਾਬੇ ਬੱਲੇ ਨੇ ਢੇਰੀ ਵਾਲੀ ਵੀ ਖੇਡੀ ਹੈ, ਆਹ ਸਰਕਲ ਵੀ ਖੇਡੀ ਹੈ ਤੇ ਪੁੱਤ ਦੀ ਕਬੱਡੀ ਦੇ ਵਿੱਚ ਪੂਰੀ ਚੜ੍ਹਤ ਹੈ। ਰਾਣਿਆ 30 ਜੁਲਾਈ ਤੇ 1500 ਸੋਗੇ ਪਿੰਡ ਚ ਰੌਣਕਾਂ ਲੱਗਣੀਆਂ। ਇੱਕ ਸਾਈਡ ਤੇ ਬਾਜੂ ਬੈਂਕੇ ਦੀ ਟੀਮ ਹੋਵੇਗੀ, ਦੂਜੀ ਸਾਈਡ ਤੇ ਲਾਲੀ ਸਿੱਧੂ ਨੱਥੂ ਚੱਕ ਦੀ ਆਹ ਜੋਗੇ ਸਿੱਧੂ ਨਾਲ ਦੀ ਟੀਮ ਹੋਵੇਗੀ, ਮਿੱਠੀ ਸਿੱਧੂ ਨਾਲ ਦੀ ਟੀਮ, ਬਾਬਾ ਬਿਸ਼ਨਦਾਸ ਜੀ ਸਪੋਰਟਸ ਕਲੱਬ ਸੁਰ ਸਿੰਘ ਦੀ ਟੀਮ ਤੇ ਬੈਂਕੇ ਦੀਆਂ ਟੀਮਾਂ ਦੇ ਵਿਚਾਲੇ। ਭਰਾ ਕਹਿੰਦੇ ਮੱਖਣ ਸੰਧੂ ਸਰਦਾਰ ਬਿਕਰਮਜੀਤ ਸਿੰਘ ਜੀ ਸੰਧੂ ਦਾ ਪੁੱਤ ਉਹ ਸੁਰ ਸਿੰਘ ਆ ਬਾਬਾ ਟਰਾਈ ਕਰਦਾ ਪਰ ਕਿੱਥੇ ਲੋਟ ਆਉਂਦਾ ਕਾਮਰੇਟਾਂ ਦਾ ਪੁੱਤਰ ਉਹ ਗਿਆ ਮੱਖਣ ਸੰਧੂ ਕਹਿੰਦੇ ਟਰੈਕਟਰ ਜਿੱਤੇ ਆ, ਨੌਕਰੇ ਘੋੜੇ ਜਿੱਤੇ ਆ, ਬੁਲਟ ਜਿੱਤੇ ਆ, ਸਪਲੈਂਡਰ ਜਿੱਤੇ ਆ ਤੇ ਪੁਆਇੰਟ ਆਪਣੀ ਟੀਮ ਦੇ ਸਿਰ ਤੇ। ਜਸ ਬਾਜੀ ਅਸੀਂ ਮਾਫੀ ਚਾਹੁੰਦੇ ਆ ਜਸ ਵੀਰੇ,
ਸਰਪੰਚ ਹਰਪਾਲ ਸਿੰਘ ਜੀ ਮਾਫੀ ਚਾਹੁੰਦੇ ਆ। ਜਦਵੀਰ ਜੀ ਚੋਟੀ ਦਾ ਮੈਚ ਵੀ ਖੇਡਿਆ ਜਾ ਰਿਹਾ, ਜਰੂਰ ਤੁਹਾਡੇ ਸਾਰਿਆਂ ਦੇ ਜਿਹੜੇ ਜ਼ਿਕਰ ਕੀਤੇ ਜਾਣਗੇ। ਪਰ ਸਾਹਮਣੇ ਮੁੰਡਾ ਇਸ ਸਮੇਂ ਸੇਵਕਰ ਰਤਨਵਾਲਾ ਕਬੱਡੀ ਪਾ ਰਿਹਾ, ਇੱਕ ਪਾਸੇ ਕਾਰਜ ਮਸਤ ਕਰੀਆ, ਏ ਟੱਕਰ ਟੱਕਰ ਫੇਰ ਚੋਟੀ ਦੀ ਭਿੜ ਦੇ ਸਾਰ ਹੰਦਿਆਂ ਦੇ ਕੋਲ, ਮੁਕਾਬਲਾ ਸਖਤ ਹਾਇਓ ਮੇਰੇ ਰੱਬਾ, 30ਵੇਂ ਸੈਕਿੰਡ ਵਿੱਚ ਜਾ ਕੇ ਹਾਏ ਆ ਟੈਕਨੀਕਲ ਪੁਆਇੰਟ ਦੱਸਿਆ ਜਾਵੇਗਾ। ਰਵੀ ਜੀ ਦੱਸੀਏ ਹੁਣ ਕੀ ਫੈਸਲੇ ਆ, ਇਹ ਚੀਕਾਂ ਜਾਂ ਫਿਰ ਨੰਬਰ ਸੁੱਗਾ ਸਾਹਿਬ ਆ ਨੰਬਰ ਦਾ ਹੁਣ ਹੋਲਡ ਹੈ ਜਾਂ ਫਿਰ ਉਧਰ ਸੈਂਟਰ ਲਾਈਨ ਤੇ ਹੈ। ਜਤਿੰਦਰ ਸਿੰਘ ਪਰਵੀਰ ਕਹਿੰਦਾ ਵੀ ਫਰੰਦੀ ਪ੍ਰੀਏ ਗੋਪੀ ਦਾ ਹਰੇਕ ਜਫਾ 1000 ਦਾ ਹੋਵੇਗਾ, ਹਰੇਕ ਜਫਾ 1000 ਦਾ ਹੋਵੇਗਾ। ਤੇ ਨਾਲ ਜੱਜ ਸਰਪੰਚ ਯੂਕੇ ਤੇ ਤਰਮਨ ਹੋਣੀ ਉਹਦੇ ਸੰਧੂ ਸਿੰਘਪੁਰੀਆ ਆਇਆ ਹੈ, ਜਸ ਸਾਡੇ ਵੀਰ ਹੋਣੀ ਆਮ ਆਦਮੀ ਪਾਰਟੀ ਨੂੰ ਬਿਲੋਂਗ ਕਰਦੇ ਹੈ, ਹਰਪਾਲ ਸਿੰਘ ਜੀ ਸਰਪੰਚ ਸਾਹਿਬ ਚੂੰਗ, ਸਾਰੀਆਂ ਸਤਿਕਾਰਯੋਗ ਹਸਤੀਆਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਹਰਪਾਲ ਸਾਡਾ ਵੀਰ ਵੜੈਚ ਤੇ ਨਾਲ ਸਤਨਾਮ ਕਨੇਡਾ ਗੁਰਜੰਟ ਵੀਰ ਉਹਨਾਂ ਦਾ, ਚਮਕੌਰ ਪੰਛੀ ਉਹਨਾਂ ਦਾ, ਆਹ ਸਾਹਮਣੇ ਬੈਠੇ ਹੈ ਛਤਰਪਾਲ ਵੀਰ ਹੋਣੀ, ਠੇਕੇਦਾਰ ਸਾਹਿਬ ਸਰਦਾਰ ਬਲਵਿੰਦਰ ਸਿੰਘ, ਸਾਰੀਆਂ ਸਤਿਕਾਰਯੋਗ ਹਸਤੀਆਂ। ਲਾਡੀ ਭੁੱਲਰ ਕਬੱਡੀ ਪਾਉਂਦੀ ਵਧਿਆ ਹੋਇਆ ਹੈ ਚਮਕੌਰ ਸਿੰਘ, ਜਦੋਂ ਇੱਕ ਹੀ ਸ਼ੋਅ ਮੈਚ ਹੋਵੇ ਤੇ ਫਿਰ ਨਾਮ ਵੀ ਬੜੇ ਜ਼ਿਕਰ ਕਰਨੇ ਪੈਂਦੇ ਹੈ, ਕਿਉਂਕਿ ਘੱਟੋ ਘੱਟ ਡੇਢ ਡੇਢ ਦੋ ਦੋ ਮਹੀਨੇ ਲੱਗ ਜਾਂਦੇ ਆ ਉਗਰਾਹੀਆਂ ਕਰਦੇ ਆ, ਸਾਡੀ ਮਜਬੂਰੀ ਬਣ ਜਾਂਦੀ ਹੈ। ਪਰ ਸਾਹਮਣੇ ਟੱਕਰ ਚੋਟੀ ਦੀ, ਲਾਡੀ ਭੁੱਲਰ ਪੁਆਇੰਟ ਲੈ ਕੇ ਵਾਪਸ ਅਗਲੀ ਰੇਡ, ਸੁੱਗਾ ਸਾਹਿਬ ਇੰਦਰਜੀਤ ਆ ਗਿਆ, ਇੰਦਰਜੀਤ ਕੋਈ ਚੋਲੇ ਵਾਲਾ ਕਹਿੰਦਾ, ਕੋਈ ਇਹਨੂੰ ਡਡਵਿੰਡੀ ਵਾਲਾ ਕਹਿੰਦਾ, ਖੇਡ ਮੈਦਾਨ ਚ ਗੱਭਰੂ ਜਿਹੜਾ ਰੇਡ ਪਾਉਣ ਨੂੰ ਵਧਿਆ ਹੋਇਆ ਹੈ ਕਿ ਜੇ ਕੱਟਣੀ ਹੋਵੇ ਦੁਸ਼ਮਣੀ ਕਿਸੇ ਦੇ ਮੋਢੇ ਤੇ ਰੱਖ ਚਲਾਈਏ ਨਾ, ਭੈਣ ਯਾਰ ਦੀ ਨਾਲ ਕਦੇ ਵੀ ਯਾਰੀ ਲਾਈਏ ਨਾ, ਉਹ ਜ਼ਹਿਰ ਸੱਪ ਦੀ ਨਹੀਂ ਛੱਡਦੀ, ਬੰਦਾ ਮਾਰ ਮਕਾਉਂਦੀ ਆ, ਪੈਂਦੇ ਦਿਸਣ ਪਟਾਕੇ ਸੁੱਖਿਆ ਜਦੋਂ ਜਵਾਨੀ ਆਉਂਦੀ ਹੈ, ਪੈਂਦੇ ਦਿਸਣ ਪਟਾਕੇ ਸੁੱਖਿਆ ਜਦੋਂ ਜਵਾਨੀ ਆਉਂਦੀ ਹੈ। ਲਓ ਮੰਨਾ ਨਵੇਂ ਪਿੰਡ ਦੀ ਧਰਤੀ ਦਾ ਰੇਡ ਪਾਉਣ ਲਈ ਵਧਿਆ ਹੋਇਆ ਹੈ ਜਤਿੰਦਰ ਸਿੰਘਾਪੁਰ ਤੇ ਜਗਦੀਪ ਸਾਡਾ ਵੀਰ ਹੈ, ਵੱਡੇ ਪਿਆਰ ਭੇਜਦੇ ਆ ਪਿਆਰ ਚਮਕੌਰ ਦੇ ਨਾਲ। ਪਰ ਸਾਹਮਣੇ ਮੰਨਾ ਚੱਠੂ ਉਂਗਲ ਖੜੀ ਹੈ, ਸੰਮਾ ਕਬੂਤਰ ਪੱਧਰੀ ਵਾਲਾ ਆਪਣੇ ਸਮੇਂ ਦਾ ਮਹਾਨ ਸੁਪਰ ਤੇ ਸਟਾਰ ਖਿਡਾਰੀ ਰਿਹਾ ਹੈ। ਜੱਜ ਵੀਰੇ ਯੂਕੇ ਵਾਲੇ ਹੋ, ਸਾਡੇ ਸੰਮੇ ਭਲਵਾਨ ਦਾ ਵੀ ਜ਼ਰੂਰ ਜਿਹੜਾ ਮਾਨ ਸਨਮਾਨ ਬਣਦਾ ਉਹ ਕਰਕੇ ਜਾਇਓ ਰੇ, ਆਪਣੇ ਸਮੇਂ ਦਾ ਮਹਾਨ ਖਿਡਾਰੀ ਰਿਹਾ ਹੈ। ਪਰ ਸਾਹਮਣੇ ਇੱਕ ਪਾਸੇ ਹਰਿੰਦਰ ਸਿੰਘ ਹਿੰਦਾ ਸੋਲ ਪਿੰਡ ਵਾਲਾ ਸਿੱਖ ਸਰਦਾਰ ਤੇ ਟੱਕਰ ਜੀਵਨ ਰੂੜੀਵਾਲ ਦੀ ਧਰਤੀ ਦਾ ਇਸ ਸਾਲ ਖੇਡੇਗਾ ਯੂਰਪ ਦੇ ਮੈਦਾਨਾਂ ਵਿੱਚ, ਉਹ ਗੱਲਾਂ ਵੱਡੀਆਂ ਹੋਣਗੀਆਂ ਲੱਗਦਾ ਯੋਰ ਹੁੰਦੀ ਹੋਈ ਬੱਲੇ ਬੱਲੇ, ਆ ਜੀਵਨ ਆ ਜੀਵਨ ਸੁੱਗਾ ਸਾਹਿਬ ਇਹਦਾ ਹੱਕ ਬਣਦਾ, ਇੱਥੇ ਰੱਖੋ ਸਾਡਾ ਹੱਕ ਇੱਥੇ ਰੱਖੋ। ਸੰਮੇ ਕਬੂਤਰ ਦਾ ਸਨਮਾਨ ਕੱਲ ਟਹਿਲ ਵੀਰ ਭਲਾ ਸੌਰ ਨੇ ਕਹਿੰਦੇ 2100 ਦੀ ਨਗਦ ਰਾਸ਼ੀ ਦੇ ਨਾਲ ਉਹ ਭਲਾ ਸੌਰ ਦੀ ਧਰਤੀ ਤੇ ਕੀਤਾ, ਨਾਲ ਇੱਕ ਵੱਡਾ ਕੱਪ ਦਿੱਤਾ ਮਿੰਟੂ ਨੰਬਰਦਾਰ ਦੇ ਯਾਰ ਨੇ। ਪਰ ਆ ਫਰੰਦੀ ਪ੍ਰੀਆ ਮਾਇਆ ਇਹਦੇ ਤੇ ਵੀ ਲੱਗੀ ਹੈ, ਇੱਕ ਕਬੱਡੀ ਦਾ ਯਾਮਾ ਰੇਡ ਤੁਹਾਨੂੰ ਵਧਿਆ ਹੋਇਆ ਹੈ। ਉੱਧਰ ਸਾਡਾ ਜਤਿੰਦਰ ਸਿੰਘਾਪੁਰ ਕਹਿੰਦਾ ਵੀ ਫਰੰਦੀ ਪ੍ਰੀਏ ਦਾ ਹਰੇਕ ਜਫਾ 1000 ਦਾ ਹੋਵੇਗਾ, 1000 ਦਾ ਹੋਵੇਗਾ। 11 ਦੇ 12 ਭਾਦਰੋ ਉਹ ਮੱਦਰਾਂ ਚ ਰੌਣਕਾਂ ਲੱਗਣੀਆਂ, ਰਾਣੇ ਭੱਲਰ ਹੋਣੀ ਰੇਸ਼ਮ ਹੋਣੀ ਜਿੰਦੇ ਹੋਣੀ ਗੁਲਾਬ ਹੋਣੀ ਵੱਡੇ ਸੱਦੇ ਦਿੰਦੇ ਆ, ਵੱਡੇ ਸੱਦੇ ਦਿੰਦੇ। ਪਰ ਉਸ ਪਾਸੇ ਜਵਾਨੀ
ਮੇਰਿਓ ਮੇਰੀ ਲੱਗਦਾ ਜ਼ੋਰ। ਆਓ ਇੱਕ ਪਾਸੇ ਚੋਲਾ ਸਾਹਿਬ ਦੀ ਧਰਤੀ ਦਾ ਜੋਬਰ ਤੇ ਦੂਸਰੇ ਪਾਸੇ ਭੂਰਾ ਵਾਲਾ ਕੇਂਦਰ। ਪਿਆਰ ਦੀ ਖੇਡ ਹੈ, ਪਿਆਰੀ ਸਾਸਗਰੀ ਆਉਂਦਾ ਨਜ਼ਾਰਾ, ਤਾੜੀ ਮਾਰ ਕੇ ਦੱਸੋ ਸਾਸ ਆ ਜੀ ਜੇ ਤੇ ਆਉਂਦਾ ਨਜ਼ਾਰਾ ਦੇ ਲਲਕਾਰੇ ਬਾਰੇ ਕੀ ਖਿਆਲ ਆ, ਮਾਰਦੇ ਲਲਕਾਰਾ ਯਾਰ। ਆਓ ਲਲਕਾਰੇ ਵੱਜਦੇ ਨੇ, ਭੰਗੜੇ ਪੈਂਦੇ ਨੇ, ਲਲਕਾਰੇ ਵੱਜਦੇ ਨੇ, ਭੰਗੜੇ ਪੈਂਦੇ ਨੇ। ਲਓ ਖੇਡ ਮੈਦਾਨ ਚ ਕਹਿੰਦੇ ਨਵੇਂ ਪਿੰਡੀਆਂ ਤੇ ਫਰੰਦੀ ਪ੍ਰਿਆ, ਆਓ ਇੱਕ ਹਜ਼ਾਰ ਦਾ, ਆਓ ਇੱਕ ਹਜ਼ਾਰ ਦਾ ਜੱਫਾ। ਆਹੋ ਮੇਰੇ ਰੱਬਾ, ਆ ਟੱਕਰ ਸਿਰੇ ਦੀ ਹੋਈ ਹੈ। ਜਸਵਿੰਦਰ ਜੱਸ ਸਾਡੇ ਸਰਪੰਚ ਸਾਹਿਬ ਚੌਂਗ, ਹਰਜੀਤ ਸਰਪੰਚ ਸਾਹਿਬ, ਬਲਜੀਤ ਸਰਪੰਚ ਸਾਹਿਬ, ਜਸਵੀਰ ਜਸਵੀਰ ਹੈ ਤੇ ਚਰਨਜੀਤ ਠੇਕੇਦਾਰ ਤੇ ਸਾਡੇ ਬਲਵਿੰਦਰ ਸਿੰਘ ਠੇਕੇਦਾਰ, ਗੁਰਪ੍ਰੀਤ ਗੋਪੀ ਪਰ ਉਸ ਪਾਸੇ ਕਬੱਡੀ ਪੈ ਗਈ ਵੀਰੇ ਆ। ਆਓ ਸਾਹਮਣੇ ਤੇਜਪਾਲ ਸਿੰਘ ਸੁਰ ਸਿੰਘ ਪਿੰਡ ਵਾਲਾ, ਲਾ ਹਲਕਾ ਟੱਚ ਨੰਬਰ ਆਪਣੀ ਟੀਮ ਦੇ ਇੱਥੇ ਜੋੜ ਚੁੱਕਿਆ ਹੈ। ਸੁੱਗਾ ਸਾਹਿਬ ਆ ਰਹੀ ਹੈ ਇਸ ਪਾਸੇ ਮੁੰਡਾ, ਸੰਧੂਆਂ ਦਾ ਮੱਖਣ, ਮੱਖਣ ਸੰਧੂ ਮੱਖੀ ਕਲਾ ਵਾਲਾ, ਕਨੇਡਾ ਅਮਰੀਕਾ ਆਸਟ੍ਰੇਲੀਆ ਯੂਰਪ ਦੇ ਮੈਦਾਨਾਂ ਵਿੱਚ ਧੁੰਮ ਪਾਉਣ ਵਾਲਾ, ਅੱਜ ਮੱਖੀ ਕਲਾ, ਅੱਜ ਮੱਖੀ ਕਲਾ ਵਾਲਾ ਚੂਗ ਪਿੰਡ ਵਿੱਚ ਆਇਆ ਹੋਇਆ ਹੈ। ਪ੍ਰਭ ਧਾਲੀਵਾਲ ਜੀ ਵੇਖੋ, ਉਹ ਟੱਕਰ ਸਿਰੇ ਦੀ ਹੈ, ਇੱਕ ਪਾਸੇ ਸੁੱਖ ਪੰਘਾਲੇ ਦੀ ਧਰਤੀ ਦਾ ਪਿੰਡ ਦੇ ਸਾਰ ਲੱਗਦਾ ਜੋਰ ਉਖੜਦੇ ਪੈਰ ਨੰਬਰ ਮੱਖਣ ਦਾ ਮੱਖਣਾ ਤਾੜੀਆਂ ਵੱਜੀਆਂ। ਘੁੱਗ ਭਾਈ ਅੰਮ੍ਰਿਤਪਾਲ ਸਿੰਘ ਦੀ ਚੜ੍ਹਦੀ ਕਲਾ ਲਈ ਮਾਇਆ ਭੇਜ ਕੇ ਗਏ ਹੈ। ਜਸਵਿੰਦਰ ਸਿੰਘ ਜੀ ਜੱਸ ਸਰਪੰਚ, ਉਹਨਾਂ ਵੱਲੋਂ ਕਹਿਆਰ ਦਾ ਪੱਟਾ ਮਾਣ ਪੁੱਜਾ ਹੈ। ਜਗਵੀਰ ਸਿੰਘ ਜੀ ਮੈਂਬਰ, ਭੈਣੀ ਮੱਸਾ ਸਿੰਘ, ਉਹ ਯਾਰਾਂ ਦੇ ਯਾਰ ਨੇ ਜਿਨ੍ਹਾਂ ਨੇ 1000 ਦੇ ਪੱਟੇ ਮਾਣ, ਸਾਡੇ ਬਹੁਤ ਸਤਿਕਾਰਯੋਗ ਹੈ ਸਰਦਾਰ ਜਸਵਿੰਦਰ ਸਿੰਘ ਜੀ ਜੱਸ ਸਰਪੰਚ। ਉਹ ਨਾਮ ਕਹਿੰਦੇ ਜੜ ਦਾ ਹਵਾਵਾਂ ਚ ਗੂੰਜਦਾ, ਜੜ ਦਾ ਨਾਮ ਕਹਿੰਦੇ ਹਵਾਵਾਂ ਚ ਗੂੰਜਦਾ, ਹਵਾਵਾਂ ਚ ਗੂੰਜਦਾ। ਹਰਜੀਤ ਸਿੰਘ ਜੀ, ਹਰਜੀਤ ਸਿੰਘ ਸਰਪੰਚ ਸਾਹਿਬ, ਤੁਸੀਂ ਸਾਰੇ ਸਤਿਕਾਰਯੋਗ ਹੋ, ਬਹੁਤ ਬਹੁਤ ਧੰਨਵਾਦ। ਚੋਟੀ ਦੀ ਟੱਕਰ ਖੇਡੀ ਜਾ ਰਹੀ ਹੈ। ਚਮਕੌਰ ਸਿੰਘ ਪੰਛੀ ਸਾਡਾ ਵੀਰ, ਅੱਜ ਪ੍ਰਧਾਨ ਨਹੀਂ, ਅਜੇ ਮੋਟਰ ਗੈਰਜ ਵਾਲੇ ਸੇਵਾਦਾਰ ਬਣ ਕੇ ਆਇਆ ਹੈ। ਆਹ ਸਾਹਮਣੇ ਟੱਕਰ, ਇੱਕ ਪਾਸੇ ਲਾਡੀ ਸਮਰਾ ਤੇ ਜੱਗੂ, ਆ ਚੋਲਾ ਸਾਹਿਬ ਦੀ ਧਰਤੀ ਦਾ ਗਿੱਟੇ ਦਾ ਫੜਾਕ ਲੱਗਦਾ ਯੋਰ। ਏ ਆਇਓ ਮੇਰੇ ਰੱਬਾ, ਸੁੱਖਾ ਸਾਹਿਬ ਰੌਲਾ ਜਿਹਾ ਪਈ ਜਾਂਦਾ ਕਿ ਯਾਰਾਂ ਦੇ ਨੇ ਯਾਰ, ਦਿਲੋਂ ਕਰਦੇ ਪਿਆਰ ਜਿੱਥੇ ਆਣ ਖੜਦੇ, ਆਹ ਘਰ ਘਰ ਨਹੀਂ ਮਾਵਾਂ ਪੁੱਤ ਜੰਮਦੀਆਂ। ਜਸਵਿੰਦਰ ਜੱਸ ਤੇ ਸਾਡੇ ਭਰਾ ਜਗਵੀਰ ਸਿੰਘ ਮੈਂਬਰ, ਉਹ ਭੈਣੀ ਮੱਸਾ ਸਿੰਘ ਵਰਗੇ ਵੱਡੇ ਮਾਣ ਪੁੱਜਦੇ ਕੀਤੇ ਹੈ। ਚਮਕੌਰ ਸਾਡਾ ਵੀਰ ਹੈ, ਪ੍ਰਧਾਨ ਆ ਮੇਲਾ ਕਮੇਟੀ ਦਾ, ਵੱਡਾ ਪਿਆਰ ਦੇ ਕੇ ਗਿਆ। ਆਹ ਮੁੰਡਾ ਕਹਿੰਦੇ ਹਰਦੋ ਰਤਨ ਵਾਲਾ ਸੁਲਤਾਨ ਖੇਡ ਮੈਦਾਨ ਚ ਰੇਡ ਪਾ ਰਿਹਾ ਹੈ। ਭੂਰੇ ਪਿੰਡ ਦਾ ਗੰਦਰ ਸਰਦਾਰ ਟਹਿਲ ਸਿੰਘ ਦਾ ਸਪੁੱਤਰ ਕਹਿੰਦੇ, ਜਿੱਦਾਂ ਕਿਸੇ ਨੇ ਲਿਖਿਆ ਕਿ ਦਾ ਪੇਜ ਵਿੱਚ ਮੰਨਿਆ ਜਾਫੀ, ਉਹ ਭੂਰਿਆਂ ਦਾ ਗੰਦਰ ਮਸ਼ਹੂਰ ਹੈ, ਦਾ ਪੇਜ ਵਿੱਚ ਮੰਨਿਆ ਜਾਫੀ। ਚਮਕੌਰ ਸਾਹਿਬ ਭੂਰਿਆਂ ਦਾ ਗੰਦਰ ਮਸ਼ਹੂਰ ਹੈ, ਟਹਿਲ ਸਿੰਘ ਦਾ ਲਖ ਤੇ ਜਿਗਰ ਮੰਨਾ, ਚੱਠੂ ਚੱਠੂ ਪਰਿਵਾਰ ਦੀ ਸ਼ਾਨ। ਇਹ ਲਹਿੰਦੇ ਪੰਜਾਬ ਦੀ ਧਰਤੀ ਤੇ ਸੁੱਗਾ ਸਾਹਿਬ ਚੱਠਿਆਂ ਵਾਲਾ ਪਿੰਡ ਰਹਿ ਗਿਆ ਹੈ, ਇਹ ਲਹਿੰਦੇ ਪੰਜਾਬ ਦਾ ਨੌਜਵਾਨ ਤੇ ਚੜ੍ਹਦਾ ਪੰਜਾਬ। ਇੱਕ ਪਾਸੇ ਹੇ ਗੋਪੀ, ਗੋਪੀ ਤੇ ਮੰਨਾ, ਮੰਨਾ ਤੇ ਗੋਪੀ, ਗੋਪੀ ਤੇ ਮੰਨਾ, ਠਾ ਦਿਆ ਕਰੋ ਲਲਕਾਰੇ ਬਾਰੇ ਕੀ ਖਿਆਲ ਆ। 8 ਜੁਲਾਈ ਨੂੰ ਰੌਣਕਾਂ ਮਾੜੀ ਗੌੜ ਸਿੰਘ ਲੱਗਣੀਆਂ, ਇੱਕ ਸਾਈਡ ਤੇ ਤਾਬੇ ਦੀ ਟੀਮ ਹੋਵੇਗੀ, ਇੱਕ ਸਾਈਡ ਤੇ ਨੱਥੂ ਚੱਕ ਦੀ ਟੀਮ ਹੋਵੇਗੀ। 16 ਤਰੀਕ ਫੇਰ ਕਹਿੰਦੇ ਮਾੜੀ ਗੌੜ ਸਿੰਘ ਸ਼ਹੀਦਾਂ ਦਾ ਜੋੜ ਮੇਲਾ,
ਗੋਪੀ ਪ੍ਰਾਣੀ ਕਹਿੰਦੇ ਵੀ ਪੱਟੀਆਂ ਟਕਰਾਉਣੀਆਂ ਪਰ ਆ ਚੋਲਾ ਸਾਹਿਬ ਵਾਲਾ ਦੂਜੀ ਸਾਈਡ ਤੇ ਮੁੰਡਾ ਕਹਿੰਦੇ ਮਸਤਗੜੀਏ ਆ ਬਾਬੇ ਬਲਦੇਵ ਦਾਸ ਪੁੱਤਰ ਕਹਿੰਦੇ ਕਾਰਜ ਮਸਤਗੜੀਆ ਡੱਕੂ ਪਰ ਪੁਆਇੰਟ ਕਹਿੰਦੇ ਗੱਭਰੂ ਆਓ ਰੇਡਰ ਦੱਸੇ ਆ ਮੈਨੂੰ ਲੱਗਦਾ ਕਾਕੇ ਅਮੀ ਸ਼ਾਹ ਵਾਲਿਓ ਇਹ ਤੇਰੀ ਦੂਸਰੀ ਕਬੱਡੀ ਹੈ 2000 ਵਾਲੀ ਸੋਨੀ ਛੰਨਾ ਵਾਲਾ ਵੀਰ ਵੀ ਆਇਆ ਹੈ ਇਸ ਪਾਸੇ 2000 ਦੀ ਰੇਡ ਧਰਮਨ ਸਾਡਾ ਵੀਰ ਤੇ ਜੱਜ ਸਰਪੰਚ ਯੂਕੇ ਉਹਦੇ ਸੰਧੂ ਸਿੰਘਪੁਰੀਆ ਇਹਨਾਂ ਵੀਰਾਂ ਵੱਲੋਂ ਅਮੀ ਸ਼ਾਹ ਵਾਲੇ ਕਾਕੇ ਦੀ ਦੂਸਰੀ ਕਬੱਡੀ 2000 ਸੁੱਖ ਪੰਘਾੜੀਆ ਪਰ ਦੂਸਰੀ ਕਬੱਡੀ ਤਿੰਨ ਹੋ ਗਈ ਹੈ ਸਾਡੀ ਬੇਨਤੀ ਹੈ ਜੱਜ ਸਰਪੰਚ ਯੂਕੇ ਉਹਦੇ ਸੰਧੂ ਸਾਹਿਬ ਇਹ 2000 ਰੁਪਈਆ ਜਿਹੜਾ ਹੈ ਉਹ ਪੁੱਜਦਾ ਕਰ ਦਿਓ ਤਿੰਨ ਹੋ ਗਈਆਂ ਸਾਡੇ ਸਰਦਾਰ ਗੁਰਬਖਸ਼ ਸਿੰਘ ਜੀ ਫੌਜੀ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਦੀ ਚੜ੍ਹਦੀ ਕਲਾ ਵਾਸਤੇ ਵੱਡੇ ਮਾਣ ਦਿੱਤੇ ਹੈ ਆਹ ਤੱਕ ਦੇ ਸਿਰੇ ਦੀ ਟੱਕਰ ਆ ਖੇਡ ਮੈਦਾਨ ਦੇ ਵਿੱਚ ਜਿੱਦਾਂ ਬਾਗੀ ਨੇ ਕਿਹਾ ਕਿ ਡਿਬਰੂਗੜ੍ਹ ਦੀ ਜੇਲ੍ਹ 'ਚ ਵੇਖੋ ਆਹ ਫਿਰਦਾ ਹੀ ਜੋ ਉਹਦਾ ਪੋਤਰਾ ਪਰ ਤੱਕ ਦੇ ਖੇਡ ਮੈਦਾਨ 'ਚ ਸਿਰੇ ਦੀ ਟੱਕਰ ਇੱਥੇ ਰੱਖੋ ਨਾ ਦਿਨਾ ਚੋਲੇ ਵਾਲਾ ਤੇ ਅੰਮ੍ਰਿਤ ਹੇ ਆ ਗਿਆ ਫੌਜੀ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਖੜ ਕੇ ਪਿੰਡੋ ਚੜ੍ਹਦੀ ਕਲਾ ਦੇ ਵਿੱਚ ਚੜ੍ਹਦੀ ਕਲਾ ਦੇ ਵੋਟਾਂ ਹੋਈਆਂ ਸੁੱਗਾ ਸਾਹਿਬ ਇਸ ਪਾਸੇ ਕੀ ਫੈਸਲੇ ਹੋਣਗੇ ਕਿ ਡਿਬਰੂਗੜ੍ਹ ਬੈਠਾ ਅੰਦਰ ਲੱਗੇ ਜਿਵੇਂ ਕੋਈ ਪੈਗੰਬਰ ਹੱਥ ਦੇ ਵਿੱਚ ਤੀਰ ਤੇ ਮਾਲਾ ਜਥੇਦਾਰ ਫੱਬਦਾ ਬਾਲਾ ਜਿੰਦ ਵੈਰੀਆਂ ਦੀ ਹੋਈ ਫੀਤਾ ਫੀਤਾ ਵਿਰੋਧੀਆਂ ਦੇ ਸਾਹ ਸੁੱਕ ਗਏ ਸੀ ਭਾਈ ਸਾਹਿਬ ਨੇ ਇੱਕ ਪਾਸੇ ਕੀਤਾ 5 ਜੁਲਾਈ ਹੋਵੇਗੀ ਔਰ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਸਹੁੰ ਚੁੱਕ ਸਮਾਗਮ ਵਿੱਚ ਹਿੱਸਾ ਲੈਣ ਜਾ ਰਹੇ ਹੈ ਪਰ ਪਤਾ ਤੇ ਮੱਖਣਾ ਸਾਨੂੰ ਵੀ ਹੈ ਸੈਂਟਰ ਲੈਣ ਤੇ ਅੱਧਾ ਸਮਾਂ ਹੋ ਗਿਆ ਹੈ ਚੱਲਦੇ ਮੈਚ ਦਾ ਅਜੇ ਮੋਟਰ ਗੈਰਜ ਸਾਡੇ ਵੀਰ ਨੇ ਅਜੇ ਮੋਟਰ ਗੈਰਜ ਹਰਿੰਦਰ ਸਿੰਘ ਕਾਮਰੇਡ ਦੇ ਸਪੁੱਤਰ ਉਹਦੇ ਸਾਡਾ ਵੀਰ ਪੰਜਾਬ ਪੁਲਿਸ ਵੱਡੇ ਪਿਆਰ ਭੇਜੇ ਹੈ ਮੈਨੂੰ ਵੀਰਾਂ ਨੇ ਕਿਹਾ 10 ਕੁ ਮਿੰਟ ਦਾ ਸਮਾਂ ਜਿਹੜਾ ਤੁਹਾਨੂੰ ਦਿੱਤਾ ਜਾਵੇਗਾ ਕਿਉਂਕਿ ਸਤਿਕਾਰਯੋਗ ਵੀਰ ਹੋ ਤੁਸੀਂ ਚੋਟੀ ਦੀ ਟੱਕਰ ਖੇਡੀ ਜਾ ਰਹੀ ਹਾਂਜੀ ਚਮਕੌਰ ਜੀ ਦੱਸੀਏ ਜਿਹੜਾ ਅਗਲਾ ਹਾਫ ਹੈ 20-5 ਦਾ ਪਰ ਬੋਲਣਾ ਕਿਹੜੇ ਬੁਲਾ ਰਹੇ 20-5-20 ਦੀ ਟੱਕਰ ਹੈ ਇਹ ਦੱਸ ਦਿਓ ਸਾਨੂੰ ਠੀਕ ਹੈ ਜੀ 5-5 ਮਿੰਟ ਦਾ ਜਿਹੜਾ ਸਮਾਂ ਨਿਸ਼ਾਨ ਮਾੜੀ ਮੇਘਾ ਤੇ ਮਨਦੀਪ ਕਾਲੀਏ ਵਾਲਾ ਬਹੁਤ ਚੋਟੀ ਦੀ ਟੱਕਰ ਖੇਡੀ ਜਾ ਰਹੀ ਹੈ ਖੇਡ ਦੇ ਮੈਦਾਨ ਦੇ ਵਿੱਚ ਨਿਸ਼ਾਨ ਆ ਸਾਡਾ ਮਾੜੀ ਮੇਘੇ ਦਾ ਭਰਾ ਹਰਦਿਆਲ ਸੁੱਗੇ ਨੇ ਤੇ ਰਾਣੇ ਸਿੰਘਪੁਰਗੇ ਨੇ ਬੜੇ ਸੋਹਣੇ ਬੁਲਬੁਲ ਅਜੇ ਮਾਣ ਵੀ ਹੋਇਆ 5500 ਦੀ ਨਗਦ ਰਾਚੀ ਨਾਲ ਮੋਟਰਸਾਈਕਲ ਜੇ ਇੱਕ ਦਿੱਤਾ ਜਾਣਾ ਭਾਲਾ ਭੁੱਲਾ ਠੱਠਾ ਰਹਿੰਦਾ ਸਾਡਾ ਯੂਕੇ ਤੋਂ ਵੀਰ ਤੇ ਆਪਾਂ ਫੈਸਲਾ ਕਰਕੇ ਪਿਆਰ ਨਾ ਜਗਦੇਵ ਸਿੰਘ ਜੀ ਤੇਰੀ ਜ਼ਿੰਮੇਵਾਰੀ ਵੱਡੀ ਲਾਤੀ ਵੀਰਾਂ ਨੇ ਨਾਲੇ ਪੁਆਇੰਟ ਲਿਖਦਾ ਨਾਲੇ ਲੈਣਮੈਨ ਇੱਕ ਇੱਕ ਕੰਮ ਹੁੰਦਾ ਮੇਰੇ ਬਹੁਤ ਸਤਿਕਾਰਯੋਗ ਨੇ ਵੱਡੇ ਭਰਾ ਪ੍ਰਧਾਨ ਚਮਕੌਰ ਸਿੰਘ ਜੀ ਹਾਂ ਗੋਲਡੀ ਚੂੰ ਕਬੱਡੀ ਖਿਡਾਰੀ ਤੇ ਗੋਰਾ ਬਾਉਂਸਰ ਦਾ ਵੱਡੇ ਕੱਪਾਂ ਦੇ ਨਾਲ ਮਾਣ ਸਨਮਾਨ ਕੀਤਾ ਜਾਣ ਲੱਗਾ ਸਾਹਮਣੇ ਆ ਜਾਓ ਮੇਰੇ ਵੀਰ ਸ਼ਾਨਦਾਰ ਵੱਡੇ ਕੱਪਾਂ ਦੇ ਨਾਲ ਵੱਡੇ ਪੱਧਰ ਤੇ ਵੱਡਾ ਸਨਮਾਨ ਹਾਫ ਸਮੇਂ ਦਾ ਅੰਕਾਂ ਦਾ ਵੇਰਵਾ ਜ਼ਰੂਰ ਦੱਸੀਏ ਹੈਲੋ ਉੱਧਰ ਜੱਜ ਚੂਕੇ ਵੱਲੋਂ ਮੱਖਣ ਮੱਖੀ ਦਾ ਵੀ ਨਗਦ ਰਾਸ਼ੀ ਨਾਲ ਮਾਣ ਸਨਮਾਨ ਮੱਖਣ ਵੀ ਆ ਜੇ ਗਰਜੰਟ ਚੂੰਗ ਦਾ ਵੀ ਧੰਨਵਾਦ ਇੱਧਰ ਬੇਨਤੀ ਪਈ ਜਲਦੀ ਮਾਣ ਸਨਮਾਨ ਕਰਕੇ ਪੁਆਇੰਟ ਵੀ ਦੱਸੀ ਜਿਹਦੇ ਕਿੰਨੇ ਕਿੰਨੇ ਆ ਸਮਾਂ ਬੜਾ ਘੱਟ ਆ ਸਰਦਾਰ ਜਸਿੰਦਰ ਸਿੰਘ ਜੀ ਜਾਸਾ ਆਮ ਆਦਮੀ ਪਾਰਟੀ ਚੂੰਗ ਹਰਜੀਤ ਸਿੰਘ ਜੀ ਸਰਪੰਚ ਬਲਜੀਤ ਸਿੰਘ ਜੀ ਸਰਪੰਚ
ਜਸਵੀਰ ਸਿੰਘ ਜੀ ਜਸ, ਗੁਰਪ੍ਰੀਤ ਸਿੰਘ ਜੀ ਗੋਪੀ ਤੇ ਨਾਲ ਸਤਪਾਲ ਸਿੰਘ ਜੀ ਠੱਠੀ, ਜਸਪਾਲ ਸਿੰਘ ਜੀ ਆਮ ਆਦਮੀ ਪਾਰਟੀ ਦੇ, ਸੁਖਪ੍ਰੀਤ ਭਿੱਖੀ ਪਿੰਡ ਦੇ, ਚਰਨਜੀਤ ਸਿੰਘ ਠੇਕੇਦਾਰ ਤੇ ਮਹਾਂਵੀਰ ਠੱਠੀ ਬਾਈ ਦਾ ਗਿਆ ਗੱਡਵਾ ਧੰਨਵਾਦ ਤੇ ਪਿਆਰ। ਵੀਰਾਂ ਨੇ ਇਹਨਾਂ ਬੋਲਾਂ ਲਈ ਪੁੱਜਦੇ ਕੀਤੇ ਆ ਤੇ ਭਰਾਵਾਂ ਦਾ ਬਹੁਤ ਵੱਡਾ ਧੰਨਵਾਦ। 7 ਜੁਲਾਈ ਨੂੰ ਵੱਡੀਆਂ ਰੌਣਕਾਂ ਪਿੰਡ ਬਹਾਦਰ ਨਗਰ ਦੇ ਵਿੱਚ ਲੱਗੀਆਂ ਲੱਗਣੀਆਂ, ਉੱਥੇ ਵੀ ਆਪ ਸਭ ਨੂੰ ਖੁੱਲੇ ਸੱਦੇ। 7 ਜੁਲਾਈ ਫਰੰਦੀਪੁਰੀਏ ਗੋਪੀ ਦੀ ਖੇਡ ਕਲੱਬ ਇੱਕ ਬੰਨੇ ਖੇਡ ਰਹੇ ਪਾਸੇ ਨਿਸ਼ਾਨ ਸਾਡੇ ਮੱਖਣ ਸੰਧੂ ਭਰਾ ਦਾ ਸਨਮਾਨ, ਜੱਜ ਸਰਪੰਚ ਯੂਕੇ ਤਰਮਨ ਸਾਡਾ ਵੀਰ ਉਹਦੇ ਵੀਰ ਸਿੰਘ ਸਿੰਘਪੁਰੀਆ ਸੰਧੂ ਸਾਹਿਬ ਨਾਲ ਸਾਡੇ ਠੇਕੇਦਾਰ ਸਾਹਿਬ ਨੇ, ਸਤਿਕਾਰਯੋਗ ਕਮੇਟੀ ਮੈਂਬਰ ਚਮਕੌਰ ਵੀਰ ਹੋਣੀ ਨਾਲ ਨੇ। ਮੱਖਣ ਸੰਧੂ ਦਾ ਸਨਮਾਨ ਅੱਜ ਨਗਦ ਰਾਸ਼ੀ ਦੇ ਨਾਲ ਕੀਤਾ ਜਾ ਰਿਹਾ। ਗੋਰੇ ਵੀਰ ਤੂੰ ਵੀ ਇਹਦਾ ਭੱਜ ਕੇ, ਗੋਰਾ ਬੰਸਰ ਸਾਡਾ ਵੀਰ, ਗੋਰਾ ਬੰਸਰ ਵੱਡੇ ਵੱਡੇ ਕਲਾਕਾਰਾਂ ਦੇ ਨਾਲ ਇਹ ਸਾਡਾ ਵੀਰ ਹਾਜ਼ਰੀਆਂ ਭਰਦਾ ਹੈ ਤੇ ਜੱਜ ਸਰਪੰਚ ਹੋਣਾ ਵੱਲੋਂ, ਸਾਡੇ ਮਨਜਿੰਦਰ ਫੌਜੀ ਸਾਹਿਬ ਹੋਣਾ ਵੱਲੋਂ ਰਲ ਮਿਲ ਕੇ ਇਹ ਵੱਡਾ ਸਨਮਾਨ ਗੋਰੇ ਬੌਂਸਰ ਦਾ ਅੱਜ ਪੀਰ ਬਾਬਾ ਰੋਡੇ ਸ਼ਾਹ ਦੀਆਂ ਦੇ ਖੇਡ ਮੇਲੇ ਉੱਪਰ ਕੀਤਾ ਜਾ ਰਿਹਾ ਹੈ। ਵੀਰੇ ਨੂੰ ਢੇਰ ਸਾਰੀਆਂ ਮੁਬਾਰਕਾਂ ਹੈ। ਚਮਕੌਰ ਸਿੰਘ ਇਸ ਪਾਸੇ ਥੋੜਾ ਕਾਪੇ ਦਾ ਦਿਖਾ ਦਈਏ, ਜੱਜ ਸਰਪੰਚ ਚੂੰਗ ਇਹ ਯਾਰਾਂ ਬੇਲੀਆਂ ਦੇ ਨਾਲ ਰਲ ਮਿਲ ਕੇ ਤੇ ਗੋਰੇ ਬੌਂਸਰ ਦਾ ਸਨਮਾਨ ਸ਼ਾਨਦਾਰ ਕੱਪ ਦੇ ਨਾਲ ਕੀਤਾ ਜਾ ਰਿਹਾ। ਗੋਲਡੀ ਚੂੰਗ ਦਾ ਸਨਮਾਨ ਜੀ, ਗੋਲਡੀ ਚੂੰਗ, ਗੋਲਡੀ ਚੂੰਗ ਕਿੱਥੇ ਆ ਵੀ, ਗੋਲਡੀ ਵੀ ਆ ਜਾਵੇ, ਗੋਲਡੀ ਕਬੂਤਰ ਆ ਭਰ ਗਏ ਯਾਰ ਵੀਰੇ। ਗੋਲਡੀ ਚੂੰਗ ਦਾ ਸਨਮਾਨ ਵੀ ਜੱਜ ਸਰਪੰਚ ਯੂਕੇ ਵੱਲੋਂ ਹੈ ਤੇ ਨਾਲ ਗੋਰੇ ਬੌਂਸਰ ਦਾ ਸਨਮਾਨ ਵੀ ਜੱਜ ਸਰਪੰਚ ਯੂਕੇ ਵੱਲੋਂ ਹੈ ਤੇ ਮੱਖਣ ਸੰਧੂ ਦਾ ਵੀ ਵੱਡਾ ਸਨਮਾਨ ਕੀਤਾ ਗਿਆ। ਇੱਕ ਛੱਡੀ ਜਕਾਰਾ ਗੋਲਡੀ ਵੀਰਿਆ, ਤੁਹਾਡੀ ਚੜ੍ਹਦੀ ਕਲਾ ਦੇ ਜਕਾਰਾ ਛੱਡੀ ਆਪਾਂ ਹੁਣ ਬੋਲੇ ਸੋਨਿਹਾਲ। ਸਤਿ ਸ੍ਰੀ ਅਕਾਲ, ਅੰਕਾਂ ਦਾ ਵੇਰਵਾ ਦੱਸੀਏ ਆਪ ਸਮੇਂ ਦਾ, ਬਹੁਤ ਦਿਲ ਦੀਆਂ ਗਰਾਈਆਂ ਤੇ ਮੁਬਾਰਕਾਂ। ਗੋਲਡੀ ਚੂੰਗ ਪ੍ਰਸਿੱਧ ਕਬੱਡੀ ਖਿਡਾਰੀ ਹੈ ਮਨਦੀਪ। ਪਿਆਰੀ ਸਾਧ ਸੰਗਤ ਜੀ, ਅੰਕਾਂ ਦਾ ਵੇਰਵਾ ਜ਼ਰੂਰ ਸੁਣ ਲਿਓ। ਬਹਾਦਰ ਬਾਬਾ ਵਿਧੀ ਚੰਦ ਜੀ ਕਬੱਡੀ ਕਲੱਬ ਫਰੰਦੀਪੁਰੀਏ ਗੋਪੀ ਦੀ ਖੇਡ ਕਲੱਬ ਦੇ ਨੰਬਰ ਨੇ 17.5। ਅਮਰ ਸ਼ਹੀਦ ਭਾਈ ਲਖਮੀਰ ਸਿੰਘ ਕਬੱਡੀ ਕਲੱਬ ਘਰਿਆਲੇ ਦੇ ਨੰਬਰ ਨੇ 21। ਸਾਢੇ ਇੱਕੀ ਦੋਵਾਂ ਟੀਮਾਂ ਦੀ ਟੱਕਰ, ਪਰ ਸੰਗਤ ਉਵੇਂ ਜੁੜੀ ਹੈ। ਆਪਾਂ ਗਰਾਊਂਡ ਕਲੀਅਰ ਕਰ ਦਈਏ, ਸੰਗਤ ਉਵੇਂ ਜੁੜੀ ਹੈ। ਸਾਰੀ ਸੰਗਤ ਦਾ ਧੰਨਵਾਦ ਪ੍ਰਭ ਸਿਆ, ਪ੍ਰਭ ਧਾਲੀਵਾਲ ਸਾਹਿਬ। ਇਹ ਪਿਆਰ ਹੁੰਦਾ ਮਾਂ ਖੇਡ ਕਬੱਡੀ ਦੇ ਲਈ, ਗੁਰਪਿਆਰ ਸਾਡਾ ਵੀਰ ਵੀ ਚੱਲ ਕੇ ਆਇਆ ਹੈ। ਔਰ ਚੋਟੀ ਦੀ ਟੱਕਰ ਅੱਜ ਇੱਥੇ ਰੋਜ਼ ਹੀ ਮੇਲੇ ਹੈ, ਕੱਲ ਨੂੰ ਬਲੇਰ ਦੀ ਧਰਤੀ ਤੇ ਰੌਣਕਾਂ ਹੈ, ਕੱਲ ਨੂੰ ਬਾਬਾ ਮੋਹਨ ਜੀ ਦਾ ਮੇਲਾ ਵੀ ਹੋ ਗਿਆ ਪੂਲੇ ਪਿੰਡ, ਤੇ ਫਿਰ 7 ਤਰੀਕ ਨੂੰ ਫਤਿਆਂਬਾਦ ਤੇ 7 ਤਰੀਕ ਨੂੰ ਨਵੇਂ ਪਿੰਡ ਅੰਮ੍ਰਿਤਸਰ ਸਾਹਿਬ ਦੀ ਬੁੱਕਲ ਵਿੱਚ ਵਸਿਆ ਪਿੰਡ ਵੱਡੀਆਂ ਰੌਣਕਾਂ ਬਹਾਰਾਂ ਹੈ, ਤੇ 9 ਤਰੀਕ ਨੂੰ ਗੋਲੇ ਦੀ ਪੰਡੋਰੀ ਦੀ ਧਰਤੀ ਤੇ ਵੀ ਵੱਡੀਆਂ ਰੌਣਕਾਂ। ਆਈਏ ਲਾਈਏ ਚੈਨ ਸੈੱਟ ਯਾਰ, ਇੱਕ ਮਿੰਟ ਰਾਣਾ ਬਾਜੀ, ਇੱਕ ਮਿੰਟ, 2 ਨੰਬਰ ਜਿਹੜੇ ਹੋਲਡ ਹੈ ਉਹ ਬਾਅਦ ਵਿੱਚ ਡਿਸੀਜਨ ਦਿੱਤਾ ਜਾਵੇਗਾ ਵੀ ਕਿਹੜੇ ਨੰਬਰ ਹੈ। ਹਾਂ ਇਹ ਮੈਚ ਆਪਾਂ ਕੰਟੀਨਿਊ ਕਰ ਦਈਏ, ਗਰਾਊਂਡ ਕਲੀਅਰ ਬਾਈ, ਜਿੱਥੇ ਪਹਿਲਾਂ ਖੜੇ ਉੱਥੇ ਬਹਿ ਜਾਓ। ਗੁਰਜੀਤ ਘੁਰ ਕਮੇਟੀਆਂ ਦੇ, ਗੁਰਪ੍ਰੀਤ ਘੁਰ ਕਮੇਟੀਆਂ ਭਰਾ ਪੁੱਜੇ, ਜੱਜ ਜੂਕੇ ਹਰਪਾਲ ਸਰਪੰਚ ਉਹਦੇ ਸਿੰਘਪੁਰਾ ਤੇ ਨਾਲ ਤਰਮਨ ਭਾਈ ਦਾ ਧੰਨ ਲਓ, ਤੇਜਪਾਲ ਸਿਰ ਸਿੰਘ ਦੀ ਧਰਤੀ ਦਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ। ਸਾਹਮਣੇ 4 ਨੇ ਕਬੱਡੀ ਦੇ ਗਰਾਊਂਡ ਵਿੱਚ ਖਿੱਚਦੀ ਲਕੀਰ, ਅੱਜ ਪਤਾ ਲੱਗੂ ਕਿ ਤਕੜਾ ਸਰੀਰ, ਫਿੱਡੂ ਸੱਭੇ ਵਾਂਗੂ ਪਾ ਦਿਓ ਕਬੱਡੀਆਂ, ਜਿੱਤ ਨਹੀਂ ਦੇ ਰਹੇ ਹੋਰ ਮਿੱਤਰੋ। ਉਹ ਸਾਹਮਣੇ ਪਏ ਕੱਪ ਕੀ ਨੇ ਚੁੰਮਣੇ, ਲਾ ਕੇ ਡੌਲਿਆ ਪੱਟਾਂ ਦਾ ਪੂਰਾ ਜ਼ੋਰ ਮਿੱਤਰੋ। ਉਹ ਚੂਗ ਵਿੱਚ ਸਾਹ ਪੜਦੇ ਬੱਲੇ 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 ਬੱਲੇ, ਇਹ ਕਬੱਡੀ 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 ਕਬੱਡੀ, ਇਹ ਬੱਲੇ ਇਹ ਠਾ ਇਹ ਆ ਇਹ ਠਾ।
ਉਹ ਤਾੜੀ ਮਾਰੇ ਚੁੰਗਾ ਵਾਲੇ ਖੁੱਲ ਕੇ ਗਿਰਾ। ਓਏ ਤਾੜੀਆਂ ਨਹੀਂ ਕਾਲੇ ਵਾਲਿਆ, ਤਾੜੇ ਵੱਜਣਗੇ। ਓਏ ਸਾਡੇ ਕਹਿਣ ਤੇ ਨਹੀਂ, ਆਪੇ ਵੱਜਣਗੇ। ਓਏ ਚੋਟੀ ਦਾ ਮੇਲਾ ਖੇਡਿਆ ਜਾ ਰਿਹਾ, ਨਵੇਂ ਪਿੰਡੀਆਂ ਬਾਊ ਕਹਿੰਦੇ ਕਬੱਡੀ ਪਾਉਣ ਦੇ ਲਈ ਤਿਆਰ ਬਰ ਤਿਆਰ ਹੈ। ਹੁਣ ਦੇਖਾਂਗੇ ਵੀ ਕੌਣ ਬੱਲੇ ਬੱਲੇ ਕਰਵਾਵੇਗਾ। ਫਰੰਦੀਪੁਰੀਆ ਹੋ ਮੂਹਰੇ, ਬਾਲ ਹਿੱਕ ਦੇ ਦੀਵਾ, ਦੁਨੀਆ ਖੜਕਾ ਦੜਕਾ ਭਾਲਦੀ ਹੈ। ਓਏ ਦੁਨੀਆ ਸਵਾਦ ਭਾਲਦੀ ਹੈ, ਦੁਨੀਆ ਬੰਦੇ ਚ ਬੰਦਾ ਦੇਖਣਾ ਵੱਜਦਾ ਚਾਹੁੰਦੀ ਹੈ। ਪਰ ਹੁਣ ਦੇਖਾਂਗੇ ਕੌਣ ਬੱਲੇ ਬੱਲੇ ਕਰਵਾਵੇਗਾ। ਓਏ ਪ੍ਰਭ ਸੰਧੂ, ਪ੍ਰਭ ਸੰਧੂ, ਓਏ ਸੁਰ ਸਿੰਘੀਆ ਮੁੰਡਾ ਕਰਾਊ ਸਿਰਾ ਕੇ ਨਹੀਂ। ਗੱਲ ਸਮੇਂ ਦੀ, ਨਵੇਂ ਪਿੰਡੀਆਂ ਬਾਹੂ ਤਕੜੇ ਦਾ ਵਾਅਦਾ ਕਰ ਗਿਆ। ਉਧਰ ਖੇਡ ਕਬੱਡੀ ਦੇ ਵੱਡੇ ਪ੍ਰਮੋਟਰ ਕੁਲਵੰਤ ਸਿੰਘ ਨਿੱਜਰ USA ਵਾਲੇ, ਉਹਨਾਂ ਦਾ ਕਹਿੰਦੇ ਅੱਜ ਹੈਪੀ ਵਾਲਾ ਬਰਥਡੇ। ਆਓ ਅਗਲੀ ਰੇਡ ਸਿਮਾ ਤੇ ਰੇ ਸਾਹਮਣੇ ਬੋਲ ਕਾਲੀ ਲਓ ਸਾਹਮਣੇ, ਕਹਿੰਦੇ ਸਿਮਾ ਕਬੱਡੀ ਪਾ ਰਿਹਾ, ਚਾਰ ਖਿਡਾਰੀ ਤਿਆਰ ਨੇ। ਹੁਣ ਬਣੀਆਂ ਕਿਸਾਰ ਜੋੜੀਆਂ, ਹੁਣ ਬਣੀਆਂ, ਹੁਣ ਬਣੀਆਂ ਮੇਰੇ ਯਾਰ ਜੋੜੀਆਂ, ਹੁਣ ਬਣੀਆਂ। ਵੱਡਾ ਮੇਲਾ ਚੱਲ ਰਿਹਾ, ਮਹਿਕ ਪੱਤਰਣੀ ਧਰਤੀ ਦੇ ਤਗੜੇ ਪਾਉਣ ਦਾ ਵਾਅਦਾ ਕਰਦਾ ਹੋਇਆ ਅਗਲੀ ਰੇਡ ਪਾਉਣ ਦੇ ਵਾਸਤੇ ਸਰਦਾਰ ਬਿਕਰਮਜੀਤ ਸੰਧੂ ਦਾ ਪੁੱਤਰ ਜਗਮੋਹਨ ਸਿੰਘ ਮੱਖੀ ਕਲਾਂ ਵਾਲਾ ਵਾਅਦਾ ਹੋਇਆ। ਸਾਹਮਣੇ ਚਾਰ ਨੇ, ਖੇਡਦਾ ਅਮਰੀਕਾ, ਖੇਡਦਾ ਆਸਟ੍ਰੇਲੀਆ, ਰੂਪੀ ਕੌਣ ਗੱਡੀ ਨਾਲ ਮਾਨਿਆ ਸਨਮਾਨਿਆ, ਫਰੰਦੀਪੁਰ ਗਿਆ ਗੋਪੀ ਤਿਆਰ ਜੱਗੂ। ਚੋਲਾ ਸਾਹਿਬ ਦੀ ਧਰਤੀ, ਪੰਚਮ ਪਾਤਸ਼ਾਹ ਦੀ ਧਰਤੀ ਆ, ਕਿ ਰੁੱਤ ਵੀ ਤੱਤੀ, ਧੁੱਪ ਵੀ ਤੱਤੀ, ਤੱਤੀ ਵਗੇ ਹਵਾ, ਤੱਤੀ ਤਵੀ ਦੇ ਗੁਰੂ ਬੈਠ ਕੇ ਆਣ ਚੌਕੀਆਂ ਲਾ। ਉਧਰ ਕਹਿੰਦੇ ਰਾਣਾ ਮੱਦਰ ਭਰਾ ਕਹਿੰਦੇ ਸਾਡਾ, ਉਹ ਵੀ ਲਾਈਵ ਆਨੰਦ ਮਾਰ ਰਿਹਾ, ਵੱਡਾ ਮੇਲਾ ਹੋਊ। ਰਾਣੇ ਮੱਦਰ ਵੱਲੋਂ ਸੱਦਿਆ, ਧੰਨ ਧੰਨ ਬਾਬਾ ਲੱਛੀ ਰਾਮ ਜੀ ਦਾ ਮੇਲਾ ਭੱਜਿਆ ਤੁਰਿਆ ਆਉਂਦਾ, ਵੱਡੀਆਂ ਰੌਣਕਾਂ ਲੱਗਣਗੀਆਂ। ਲਓ ਸਾਹਮਣੇ ਪਈ ਫਿਰ ਰੇਡ ਤੇ ਨਿਸ਼ਾਨ ਛੇੜ ਘਾਣੀ। ਲਓ ਹਰ ਦੋ ਰਦਮੀਆਂ ਸੇਵਕ ਕਬੱਡੀ ਪਾ ਰਿਹਾ, ਕੋਈ ਸੁਲਤਾਨ ਕਹਿੰਦਾ, ਕੋਈ ਸੇਵਕ ਕਹਿੰਦਾ। ਆਓ ਟੌਪ ਦੇ ਮੱਲਾਂ ਦੀ ਟੱਕਰ ਮੇਰੇ ਮਿੱਤਰੋ, ਅੱਜ ਚੁੰਗ ਪਿੰਡ ਦੇ ਵਿੱਚ ਰੌਣਕਾਂ, ਰੌਣਕਾਂ ਅੱਜ ਚਮਕੌਰ ਪ੍ਰਧਾਨ ਹੋਣਾ ਦੇ ਪਿੰਡ ਹੈ, ਰੌਣਕਾਂ ਅੱਜ ਗੋਲਡੀ ਪਲਵਾਨ ਹੋਣਾ ਦੇ ਪਿੰਡ ਹੈ, ਗਰਜੰਟ ਹੋਣੀ ਸਾਡੇ ਵੀਰ ਨੇ ਸਤਿਕਾਰਯੋਗ ਲਾਡੀ ਦਾ, ਕਹਿੰਦੇ ਸਭਰਾ ਪਿੰਡ ਹੈ। ਜਿਹੜੇ ਸਭਰਾ ਦੇ ਵਿੱਚ ਮੇਰੇ ਵੀਰੋ ਪਹਿਲੇ ਤੌਰ ਤੇ ਗੱਲ ਚੱਲੀ ਜੋਤੇ ਸਭਰਾਈਏ ਦੀ, ਤੇ ਜਿਹਦੀ ਟੱਕਰ ਦੇਖਣ ਯੋਗ ਪਹਿਲਵਾਨ ਮੋਹਨ ਸਿੰਘ ਧਾਲੀਵਾਲ ਮਰਹੂਮ ਕਬੱਡੀ ਦੇ ਸਟਾਰ ਦੇ ਨਾਲ ਦੇਖਣ ਯੋਗ ਹੁੰਦੀ ਸੀਗੀ। ਪ੍ਰਭਜੋਤ ਸਿੰਘ, ਪ੍ਰਭ ਧਾਲੀਵਾਲ ਜੀ ਆਏ ਹੈ, ਖੇਡ ਕਬੱਡੀ ਦੇ ਵੱਡੇ ਪ੍ਰਮੋਟਰ ਨੇ। ਪਰ ਸਾਹਮਣੇ ਤੱਕਾਂਗੇ ਖੇਡ ਦੇ ਮੈਦਾਨ ਦੇ ਵਿੱਚ, ਆਓ ਸਾਹਮਣੇ ਤੱਕਾਂਗੇ ਖੇਡ ਦੇ ਮੈਦਾਨ ਦੇ ਵਿੱਚ। ਓਏ ਟੱਕਰੇ ਨੇ ਹਾਰੀਆਂ ਨੂੰ ਹਾਰ ਮਿੱਤਰੋ, ਓਏ ਭੱਜਦਿਆਂ ਨੂੰ ਇੱਕੋ ਜੇ ਵਾਹਣ ਮਿੱਤਰੋ। ਇਧਰੀ ਸਾਈਡ ਅੰਕਲ ਲਾਡੀ ਆਪਣੀ ਟੀਮ ਦੇ ਖਾਤੇ ਵਿੱਚ ਜੁੜ ਗਿਆ ਕਿ ਨਾਲ ਮਾਸਤੇ ਹਿੱਕਾਂ ਗੁੰਡੀਆਂ ਡੌਲਿਆਂ ਦੇ ਵਿੱਚ ਜਾਣਾ। ਓਏ ਵਿੱਚ ਮੈਦਾਨੇ ਟੱਕਰ ਲੈਣੀ ਭਿੜ ਦੇ ਵਾਂਗ ਰਸਾਨਾ, ਜਦ ਗੁੰਡੀਆਂ ਦੇ ਸਿੰਘ ਫਸਦੇ ਫਿਰ ਦਰਸ਼ਕ ਸ਼ੋਰ ਮਚਾ ਦਿੰਦੇ, ਹਿੰਦ ਪਾਕ ਦੀ ਜੰਗ ਵਰਗਾ ਕਈ ਧਰਮਿਆਂ ਮੈਚ ਦਿਖਾ, ਕਈ ਧਰਮਿਆਂ ਮੈਚ ਦਿਖਾਉਣ ਦੇ ਗਰਜੰਟ ਹੈ ਸਾਡਾ ਵੀਰ ਗੋਲਡ ਚੁੰਗ ਦਾ। ਧੰਨਵਾਦ ਹਰਜਿੰਦਰ ਸਿੰਘ ਜੀ, ਕਾਮਰੇਡ ਸਾਹਿਬ ਆਨੰਦ ਮਾਰ ਰਿਹਾ ਆਪਣੇ ਮਿੱਤਰ ਨਾਲ। ਸਾਹਮਣੇ ਇੰਦਰਜੀਤ ਕੰਬੋਲ ਢਾਈ ਵਾਲਾ ਪੁਆਇੰਟ ਦਾ ਵਾਧਾ ਕਰਦਾ ਹੋਇਆ, ਉਧਰ ਜਸ ਚੁੰਗ ਵੀਰ ਕਹਿੰਦਾ ਵੀ ਮੱਖਣ ਮੱਕੀ ਦੀਆਂ ਤਿੰਨਾਂ ਰੇਡਾਂ ਤੇ 2000 ਦਿੱਤਾ ਜਾਣਾ, ਜੇ ਜੱਫਾਣਾ ਤਾਂ ਫਰੰਦੀਪੁਰ ਕਹਿੰਦੇ ਫਰੰਦੀਪੁਰ ਕੇ ਗੋਪੀ ਦੇ ਤੇ ਨਹੀਂ ਮੱਖਣ ਮੱਖੀ ਦੇ, ਗੱਲ ਕਰਾਂਗੇ। ਲਓ ਚੱਠੂ ਪਰਿਵਾਰ ਦਾ ਕਹਿੰਦੇ ਮੰਨਾ ਕਬੱਡੀ ਪਾ ਰਿਹਾ, ਦੇਖ ਲਾਂਗੇ ਜਦੋਂ ਕਹਿੰਦੇ ਦਾ ਲੱਗਿਆ ਤੇ ਘੁੱਗਿਆਂ ਦੀ ਡਾਰ ਕਹਿੰਦੇ ਬਾਜ਼ ਘੇਰਦੀ, ਜੰਗਲਾਂ ਦੇ ਪੈਂਦੇ ਨੇ ਸੂਲ ਸਿੱਖਣੇ, ਦੱਬੀ ਦੀ ਨੀ ਪੈੜ ਕਦੇ ਭੁੱਖੇ ਸ਼ੇਰ ਦੀ, ਲੱਬੀ ਦੀ ਨੀ ਪੈੜ ਕਦੇ ਭੁੱਖੇ ਸ਼ੇਰ ਦੀ, ਕੈਂਠਿਆਂ ਦਾ ਜੇਤੂ ਸੰਤਸਰ ਦੇ ਮੇਲੇ ਦੇ ਕਬੱਡੀ ਕੱਪ ਦਾ ਜੇਤੂ ਕਹਿੰਦੇ ਮੰਨਾ ਤਗੜੇ ਪੈਣ ਦਾ ਵਾਅਦਾ ਕਰ ਗਿਆ। ਲਓ ਚੋਲਾ ਸਾਹਿਬ ਦਾ ਜੋਬਣ ਬਾਪੂ ਚੈਂਚਲ ਸਿੰਘ ਦਾ ਪੁੱਤਰ ਕਬੱਡੀ ਪਾਉਣ ਦੇ ਲਈ ਤਿਆਰ ਬਰ ਤਿਆਰ ਹੈ, ਪਹਿਲੀਆਂ ਚ ਲੰਡੀਆਂ ਜੀਪਾਂ ਜੁੱਤੀਆਂ। ਪਰ ਸਾਹਮਣੇ ਟੱਚ ਡਬਰ ਦਾ ਇਸ਼ਾਰਾ, ਰਵੀ ਸੰਧੂ ਕਹਿੰਦੇ ਨਵੇਂ ਪਿੰਡੀਆਂ ਫੈਸਲਾ ਸੁਣਾ ਗਿਆ, ਕਹਿੰਦੇ ਰਵੀ ਸੰਧੂ ਫੈਸਲੇ ਕਰ ਗਿਆ ਜਿਸ ਕਾਰਨ ਚੂਸਲੇ ਵੜ ਗਿਆ। ਬਲਵਿੰਦਰ ਸਿੰਘ ਚੇਅਰਮੈਨ ਦਾ ਪੁੱਤਰ ਆਇਆ 11-12 ਭਾਦੋ 26-27 ਅਗਸਤ ਨੂੰ
ਧੰਨ ਧੰਨ ਬਾਬਾ ਲੱਛੀ ਰਾਮ ਜੀ ਦਾ ਮੇਲਾ ਹੋਊਗਾ। ਰਾਣਾ ਭੁੱਲਰ ਮੱਦਰ ਵਾਲਾ ਸੱਦੇ ਦੇ ਰਿਹਾ, ਜਿੰਦਾ ਮੱਦਰ ਰੇਸ਼ਮ ਮੱਦਰ ਦੇ ਪਿੰਡ ਪੱਟੀਆਂ ਰੌਣਕਾਂ ਲੱਗਣਗੀਆਂ। ਲਓ ਸਾਹਮਣੇ ਕਾਕਾ ਗਿਆ ਮੀਸ਼ਾਰੀ ਧਰਤੀ ਦਾ, ਚਾਰ ਨੇ ਫਰੰਦੀਪੁਰ ਗਿਆ, ਗੋਪੀ ਤਿਆਰ ਆ, ਜੱਗੂ ਚੋਲਾ ਸਾਹਿਬ ਤਿਆਰ, ਨਾਲ ਕਹਿੰਦੇ ਬੱਬਾ ਤਿਆਰ ਆ, ਸੁਰ ਸਿੰਘ ਦੀ ਧਰਤੀ ਸੁੱਖ ਭੰਗਾਲੇ ਵਾਲਾ, ਚਾਰੇ ਜਾਫੀ ਚੋਟੀ ਦੇ ਸਾਹਮਣੇ ਕਾਕੇ ਦੀ ਪਈ ਰੇਡ। ਹੁਣ ਚੋਂ ਵਿੱਚੋਂ ਦੇਖਦਾ ਕਿਹਨੇ ਮੇਲਾ ਲੁੱਟਣਾ, ਚੋਂਗ ਪਿੰਡ ਦਾ ਨੰਬਰ ਧਾਵੀ ਦਾ ਕਿ ਮੁੜਕੋ ਮੁੜਕੀ ਹੋ ਗਏ ਮਿੱਤਰੋ, ਲੱਗਿਆ ਜ਼ੋਰ ਚੋਪਰਾਂ ਦਾ, ਕੰਡਾ ਵੀ ਨਹੀਂ ਚੁੱਭਦਾ ਜਿਸਮ ਕਠੋਰ ਚੋਪਰਾਂ ਦਾ, ਚੜ੍ਹਦੀ ਉਮਰ ਗਰਮ ਖੂਨ ਲਲਕਾਰੇ ਤਾਂ ਵੱਜਦੇ, ਉਹ ਰਾਜੇ ਖੇਲੇ ਮਰਦ ਮਦਾਨੋ ਡਰ ਕੇ ਨਹੀਂ ਭੱਜਦੇ। ਲਓ ਸਾਹਮਣੇ ਜਗਦੀਪ ਭਰਾ ਤੇ ਜਤਿੰਦਰ ਸਿੰਘਾਪੁਰ ਇਹਨਾਂ ਵੀਰਾਂ ਵੱਲੋਂ, ਜਗਦੀਪ ਸਿੰਘਾਪੁਰ ਭਰਾ ਤੇ ਜਤਿੰਦਰ ਸਾਡਾ ਵੀਰ ਵੱਡੇ ਐਲਾਨ ਕਰਾਉਂਦੇ ਆ, ਭੂਰਿਆਂ ਵਾਲੇ ਕੇਂਦਰ ਦਾ ਇੱਕੋ ਜੱਫਾ 1000 ਦਾ। ਸਾਹਮਣੇ ਤੱਕਾਂਗੇ ਤੇਜਪਾਲ ਸੁਰ ਸਿੰਘੀਆ ਕਬੱਡੀ ਪਾਉਣ ਦੇ ਲਈ ਤਿਆਰ ਬਰ ਤਿਆਰ ਹੈ। ਓਏ ਮਸਤ ਕਰੀਆ ਹੋ ਮੂਹਰੇ ਫੜਨਾ ਤੇ ਆ ਫੜ, ਓਏ ਹੋਏ 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 ਪਟਾਕੇ ਪੈਂਦੇ ਆ, ਪੈਂਦੇ ਆ ਪਟਾਕੇ ਫਿਰ ਪੈ ਲੈਣ ਦੇ ਰਾਜੇ ਖੇਲੇ, ਦੁਨੀਆ ਸਵਾਦ ਲੈਂਦੀ ਹੈ। ਗੱਲ ਲਾਉਣਾ ਛੋਟੇ ਵੀ ਟਿਕਾਣੇ ਕਿ ਪੈਂਦੇ ਆ ਪਟਾਕੇ ਜਰਾ ਪੈ ਲੈਣ ਦੇ, ਖੈਂਦੇ ਭਲਵਾਨੀ ਜੁੱਸੇ ਖਹਿ ਲੈਣ ਦੇ, ਰਾਜੇ ਖੇਲੇ ਜੋ ਵੀ ਹੁੰਦਾ ਹੋ ਲੈਣ ਦੇ, ਦੁਨੀਆ ਨਜ਼ਾਰੇ ਲੈਂਦੀ ਲੈ ਲੈਣ ਦੇ। ਜਸਵੀਰ ਲਾਲ ਕੰਡਾ ਚੂੰਗ ਪਿੰਡ ਵਾਲਾ ਭਰਾ ਸਾਡਾ, ਵੀ ਮੱਖਣ ਮੱਕੀ ਦੀਆਂ ਹੁਣ ਦੋ ਕਬੱਡੀਆਂ ਨੇ ਕਰ ਦਿੱਤੀਆਂ, ਹਾਫ ਸਮਾਂ ਹੋ ਗਿਆ, 2000 ਦਿੱਤਾ ਜਾਣਾ, ਦੋ ਦੋ ਰੇਡਾਂ ਉੱਪਰ ਮਾਇਆ ਚਾਹੀਦੀ, ਹਾਫ ਸਮਾਂ ਹੋ ਗਿਆ। ਬਾਹੂ ਨਵੀਂ ਪਿੰਡੀ ਦੀਆਂ, ਬਾਹੂ ਦੀਆਂ ਦੋ ਰੇਡਾਂ ਉੱਪਰ, ਗੁਰਜੰਟ ਚੂੰਗ ਪਿੰਡ ਵਾਲਾ ਵੀਰ ਵੀ ਕਹਿੰਦਾ ਹੈ ਆਪਾਂ 500 ਦੇ ਦੇਣਾ ਹੈ, ਇੱਕ ਕਬੱਡੀ ਬਾਹੂ ਦੀ ਪੈ ਗਈ ਹੈ। ਪਰ ਸਾਹਮਣੇ ਮੁੰਡਾ ਲਓ ਤੱਕਾ ਕੇ ਮਹਿਕ ਪੱਤਣਾ ਵਾਲਾ ਕਬੱਡੀ ਪਾ ਰਿਹਾ ਹੈ, ਸੰਮਾ ਕਬੂਤਰ ਭਲਵਾਨ ਜੀ ਤੁਹਾਡੇ ਲਈ ਜੱਜ ਸਰਪੰਚ ਯੂਕੇ ਤੇ ਨਾਲ ਉਹਦੇ ਵੀਰ ਸੰਧੂ ਸਾਹਿਬ ਵੱਲੋਂ ਇਹ 500 ਰੁਪਏ ਦੇ ਵੱਡੇ ਪਿਆਰ ਦਿੱਤੇ ਜਾਣਗੇ। ਸੰਮਾ ਕਬੂਤਰ ਪਦਰੀ ਜੀ ਪ੍ਰਾਪਤ ਕਰ ਲਿਆ। ਪਰ ਸਾਹਮਣੇ ਭੂਰਿਆਂ ਵਾਲਾ ਗਿੰਦਰ, ਇਹ ਟੱਕਰ ਇੱਕ ਪਾਸੇ ਮਹਿਕ ਪੱਤਣਾ ਵਾਲਾ ਤਾਰੀ ਦਾ ਗਰਾਈ, ਆਓ ਸਾਹਮਣੇ ਨੰਬਰ ਆਪਣੀ ਟੀਮ ਦੇ ਸੇ ਜ਼ੋਰ ਚ ਲਵੀ ਰਾਣੇ ਇੱਕੋ ਮਿੰਟ। ਜਸ ਚੂੰਗ ਬਾਈ ਕਹਿੰਦਾ ਵੀ ਮੱਖਣ ਮੱਖੀ ਦੀਆਂ ਦੋ ਕਬੱਡੀਆਂ ਤੇ 2000, ਪਰ ਜੱਫਾ ਫਰੰਦੀਪੁਰ ਕੇ ਦਾ ਹੋਣਾ ਚਾਹੀਦਾ, ਜੰਗਲਾਂ ਦੇ ਵਿੱਚ ਜਦੋਂ ਚੁੱਪ ਛਾ ਜਾਵੇ, ਸ਼ੇਰਾਂ ਨਾਲ ਸ਼ੇਰ ਜਦੋਂ ਖਹਿਣ ਮੱਲਿਆ, ਵਿਸ਼ਾਲ ਦਰਾਇਕ ਕੱਢਿਆ ਨਚੋੜ, ਬਾਜਾਂ ਮੂਹਰੇ ਬਾਜੀਆਂ ਨੇ ਪੈਣ ਮੱਲਿਆ, ਉਹ ਬੱਲੇ ਬੱਲੇ ਹੋ ਗਈ ਮਿੱਤਰੋ ਕਿ ਸ਼ੇਰਾਂ ਨੂੰ ਜੱਫੇ ਪਹਾੜਾਂ ਨਾਲ ਮੱਥੇ ਲਾਉਣਾ ਜਾਣਦੇ ਪੰਜਾਬੀ ਜੋ ਰਾਧਿਆਂ ਦੇ ਪੱਕੇ, ਜਿਹੜੇ ਕੌਮ ਦੇ ਗਦਾਰ ਹੁੰਦੇ ਧਰਤੀ ਦੇ ਭਾਰ, ਬੇਈਮਾਨ ਬੰਦਿਆਂ ਨੂੰ ਪੈਂਦੇ ਲਾਹਨਤਾਂ ਦੇ ਧੱਕੇ, ਜਦੋਂ ਲਿਖਦਾ ਜੱਟ ਪੈਂਦੀ ਲੋਹੇ ਤੇ ਸੱਟ, ਰਾਜੇ ਖੇਲੇ ਦੇ ਖਿਆਲ ਦੇ ਅਗਲ ਤੱਤੇ, ਅੰਮ੍ਰਿਤਵੀਰ ਚਮਕੌਰ ਪ੍ਰਧਾਨ ਹੋਣੀ ਵੱਡੇ ਪਿਆਰ ਪੁੱਜਦੇ ਕਰਦੇ ਹਰਦਿਆਲ ਸੁੱਗਾ ਸਾਡਾ ਵੀਰ ਮਨਦੀਪ ਕਮਿੰਟ, ਚੋਟੀ ਦੀ ਟੱਕਰ ਵੀ ਖੇਡੀ ਜਾ ਰਹੀ ਹੈ, ਸੇਵਕ ਰਤਨ ਪਿੰਡ ਵਾਲਾ ਕਬੱਡੀ ਪਾਉਣ ਲਈ ਵਧਿਆ ਹੋਇਆ ਹੈ, ਇੱਕ ਮੋਟਰਸਾਈਕਲ ਦੋ ਚਾਬੀਆਂ ਛੱਲੇ ਵਿੱਚ ਪਈਆਂ, ਜੇ ਕਿਸੇ ਭਰਾ ਦੀਆਂ ਗੁੰਮ ਹੋਈਆਂ ਉਹ ਲੈ ਜਾਵੇ। ਪਰ ਇੱਕ ਪਾਸੇ ਭੂਰਿਆਂ ਵਾਲਾ ਕੇਂਦਰ, ਸੇਵਕ ਰਤਨ, ਆਹ ਟੱਕਰ ਚੋਟੀ ਦੀ, ਇਹ ਲੱਗਦਾ ਯੋਰ ਹੁੰਦੀ ਹੋਈ ਬੱਲੇ ਬੱਲੇ 2-1, ਹੁਣ ਹੁਣ ਦੱਸੋ ਹੁਣ ਦੱਸੋ ਹੂਟਰ ਫਰੰਦੀਪੁਰ ਗਿਆ ਗੋਪੀ ਦੇ ਜੱਫੇ ਦੇ ਲਾ ਵੀ, ਜੇ ਮੱਖਣ ਨੂੰ ਫਰੰਦੀਪੁਰ ਗਿਆ ਜੱਫਾ ਲਾਵੇ, ਮੈਂ ਪਹਿਲਾਂ ਵੀ ਬੋਲਿਆ ਮਨਦੀਪ ਫਰੰਦੀਪੁਰ ਗਿਆ ਗੋਪੀ ਕਿਸੇ ਨੂੰ ਵੀ ਜੱਫਾ ਲਾ ਦੇਵੇ, ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਪਿਆਰ ਕਰਨ ਵਾਲੇ ਵੀਰ, ਚੂਗ ਪਿੰਡ ਵਾਲੇ ਵੀਰ ਕਹਿੰਦੇ ਆ ਵੀ ਆਪਾਂ ਫਰੰਦੀਪੁਰੀਆ ਗੋਪੀ ਨੂੰ 1000 ਦੇਵਾਂਗੇ, ਜਿੰਨੇ ਜੱਫੇ ਹੁਣ ਫਰੰਦੀਪੁਰੀਆ ਗੋਪੀ ਲਾਵੇਗਾ ਤੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਪਿਆਰ ਕਰਦੇ ਆ, 1000 ਫਰੰਦੀਪੁਰੀਏ ਗੋਪੀ ਦੇ ਜੱਫੇ ਉੱਪਰ ਸੀ। ਉਧਰਲੇ ਪਾਸੇ ਸ਼ੀਤਾ ਬਲੇਰ ਜੀ ਵੱਡੇ ਪਿਆਰ ਪੁੱਜਦੇ ਕਹਿੰਦੇ ਚਮਕੌਰ ਪ੍ਰਧਾਨ ਦਾ, ਸਾਡੇ ਜਸਵਿੰਦਰ ਸਿੰਘ ਜੀ ਜੱਸ ਆਮ ਆਦਮੀ ਪਾਰਟੀ ਚੂੰਗ, ਹਰਜੀਤ ਸਰਪੰਚ, ਬਲਜੀਤ ਸਰਪੰਚ, ਉਹਨਾਂ ਨੇ ਵੀ ਵੱਡੇ ਪਿਆਰ ਦਿੱਤੇ ਵੀਰਾਂ ਨੇ।
ਹਾਂ ਰਾਜਪਾਲ ਨੰਬਰਦਾਰ ਤੇ ਅੰਮ੍ਰਿਤਪਾਲ ਦਾ ਵੀ ਧੰਨਵਾਦ ਕਰਾਂਗੇ। ਬਲਜੀਤ ਸਰਪੰਚ ਉਹਨਾਂ ਜਸਵੀਰ ਜੱਸ ਉਹਨਾਂ ਦਾ ਮੇਲਾ ਕਹਿੰਦੇ ਸਿਰੇ ਦਾ ਗੁਰਪ੍ਰੀਤ ਗੋਪੀ ਬਾਈ ਸਤਪਾਲ ਠੱਟੀ ਜਸਪਾਲ ਬਾਈ ਹੋਣੀ ਚਰਜ ਠੇਕੇਦਾਰ ਮਹਾਵੀਰ ਠੱਟੀ ਦੇ ਨਾਲ ਸੁਖਪ੍ਰੀਤ ਭਿੱਖੀ ਵਿੰਡਗਾ। ਪਰ ਗੱਲ ਖੇਡ ਕਬੱਡੀ ਦੀ ਨੰਬਰ ਤੇਜਪਾਲ ਦਾ ਨਵੀਂ ਬੱਬਿਆ ਉੱਪਰ ਵਾਲੇ ਵੀਰਾਂ ਵੱਲੋਂ ਜਿਹੜੇ ਭੂਰਿਆਂ ਵਾਲੇ ਗਿੰਦਰ ਦੇ ਜੱਫੇ ਉੱਪਰ ਮਾਇਆ ਲੱਗੀ ਸੀ ਬੱਬੇ, ਉਹ ਮਾਇਆ ਗੋਪੀ ਦੇ ਲੱਗੀ ਜੇ ਮੱਖੀ ਨੂੰ ਗੋਪੀ ਟੱਚ ਲਾ ਕੇ ਜੱਫਾ ਲਾਵੇ। ਬਹੁਤ ਬਹੁਤ ਧੰਨਵਾਦ। ਸੁਖਾ ਸਾਹਿਬ ਆ ਰਹੀ ਹੈ ਮਾਈਕ ਤੇ। ਇੱਕ ਪਾਸੇ ਪ੍ਰਭ ਸੰਤੂ, ਦੂਸਰੇ ਪਾਸੇ ਮੰਨਾ ਚੱਠੂ ਨਵੇਂ ਪਿੰਡ ਵਾਲਾ। ਘੜੀ ਦੀਆਂ ਸੋਈਆਂ ਟਿੱਕ 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 ਲੱਗਦਾ ਯੋ। ਹੈਲੋ, ਲੈ ਵੀ ਜਸ ਚੂੰਗ ਵਾਲਿਆ ਮੱਖਣ ਮੱਖੀ ਵੀ ਸਿਰੇ ਦਾ ਰੇਡਰ ਤੇ ਬੱਬਾ ਵੀ, ਪਰ ਭਾਵੇਂ ਜੱਫਾ ਫਰੰਦੀ ਪੁਰਗੇ ਨੇ ਨਹੀਂ ਲਾਇਆ, ਪਰ ਆਪਾਂ ਦਈਏ ਮਾਣ ਵੀਰ। ਕੋਈ ਗੱਲ ਨੀ ਭਰਾ ਮੇਰੇ ਤੁਸੀਂ, ਪਰ ਇੰਨਾ ਕੁ ਮਾਣ ਰੱਖ ਲਓ, ਮੈਂ ਤੁਹਾਡਾ ਜ਼ਿਕਰ ਕਰ ਦੇਣਾ ਸਾਰੇ ਵੀਰਾਂ ਦਾ। ਪਰ 2000 ਰੁਪਈਆ ਦੇ ਜੇ ਮੁੰਡੇ ਨੇ ਜੱਫਾ ਬਹੁਤ ਤਕੜਾ ਲਾਇਆ। ਹਾਂ, ਉਹ ਵੀ ਗੋਪੀ ਦਾ ਚੇਲਾ ਜਸਵਿੰਦਰ ਜੱਸ ਚੂੰਗ ਤੇ ਉਹਨਾਂ ਵੀਰਾਂ ਵੱਲ 2000 ਦੇ ਮਾਣ ਦੇਈਏ ਆਪਾਂ। ਮਨਦੀਪ ਮਾਈਕ ਜਿਹੜਾ ਸੁੱਗਾ ਸਾਹਿਬ ਨੂੰ ਦੇ ਦਈਏ। ਬਹੁਤ ਬਹੁਤ ਧੰਨਵਾਦ। ਇਸ ਪਾਸੇ ਟੱਕਰ ਵੀ ਚੋਟੀ ਦੀ ਹੈ। ਆਓ ਸਾਹਮਣੇ ਮੁੰਡਾ ਮਹਿਕ ਪੱਤਣਾ ਵਾਲਾ ਪੁਆਇੰਟ ਲੈ ਕੇ ਵਾਪਸ ਹੈ ਕਾਲੀਆ ਵਾਲਾ ਮਨਦੀਪ। ਨਿਸ਼ਾਨ ਮਾੜੀ ਮੇਘਾ ਸੋਹਣੇ ਬੋਲ ਬੋਲੇ ਹੈ ਫਰੰਦੀਪੁਰੀ ਦੇ ਗੋਪੀ ਦੇ ਜੱਫੇ ਉੱਪਰ ਵੀ ਚਮਕੌਰ ਪੰਛੀ ਹੋਣੀ ਜੱਜ ਵੀਰ ਹੋਣੀ ਕਹਿੰਦੇ ਹੈ 1000 ਤੇ 1000 ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿਹੜੇ ਪਿਆਰ ਕਰਦੇ ਹੈ ਉਹ ਟੀਮ ਅੱਜ ਵਿਸ਼ੇਸ਼ ਤੌਰ ਤੇ ਕਹਿੰਦੇ 1000 ਤੇ 2000 ਹੋ ਗਿਆ, 2000 ਹੋ ਗਿਆ ਆ ਜੱਫੇ ਉੱਪਰ। ਪਰ ਮਾਇਆ ਮੱਖਣਾ ਜੱਫੇ ਤੇ ਵੈਟ ਕਹਿੰਦੇ ਧਾਵੀ ਦੇ ਹਿੱਸੇ ਜੁੜ ਗਿਆ ਕਾਲੀਏ ਵਾਲਿਆ। ਬਾਈ ਤੂੰ ਕਮੈਂਟਰੀ ਕਰਦਾ ਸੀ ਜਿਹੜੇ ਪੈਸੇ ਲੱਗੇ ਆ ਉਹ ਦੱਸ ਹੁਣ ਕਿਹੜੇ ਵੀਰਾਂ ਵੱਲੋਂ ਲੱਗੇ ਦੱਸੀ ਜਾਂਦਾ ਨਾ ਆਪਣੇ ਪੈਸਿਆਂ ਵੱਲ ਹੀ ਧਿਆਨ ਰੱਖੀਦਾ। ਜੱਜ ਵੀਰ ਹੋਣਾ ਨੇ ਜੱਸ ਹੋਣਾ ਨੇ ਉਹਨਾਂ ਵੀਰਾਂ ਪੈਸੇ ਲਾਏ ਸੀ ਭੂਰਿਆਂ ਵਾਲੇ ਗਿੰਦਰ ਦੇ ਜੱਫੇ ਉੱਪਰ। ਉਹ ਵੀਰ 1000 ਪੁੱਜਦਾ ਕਰਨਗੇ ਨਿਸ਼ਾਨ ਵੀਰ ਨੂੰ ਵੀ ਪਤਾ। ਪਰ ਮੈਚ ਚੋਟੀ ਦਾ ਖੇਡਿਆ ਜਾ ਰਿਹਾ ਏ ਤੇਜ ਪਾਲ ਸੁਰ ਸਿੰਘ ਪਿੰਡ ਤੇ ਦੂਸਰੇ ਪਾਸੇ ਕਾਰਜ। ਪਰ ਸਾਹਮਣੇ ਨੰਬਰ ਤੇਜ ਪਾਲ ਜੋੜ ਗਿਆ ਰਾਣਾ ਜੀ। ਇੱਕੋ ਮਿੰਟ ਲੈਣਾ ਸਿਰਫ ਜਗਦੀਪ ਸਿੰਘਾਪੁਰ ਤੇ ਜਤਿੰਦਰ ਭਰਾ ਇਹਨਾਂ ਵੀਰਾਂ ਵੱਲੋਂ ਭੂਰਿਆਂ ਵਾਲੇ ਗਿੰਦਰ ਦਾ ਇੱਕੋ ਜੱਫਾ 1000 ਦਾ ਸੀਗਾ ਉਹ ਜੱਫਾ ਲੱਗ ਚੁੱਕਿਆ। ਚਮਕੌਰ ਭਲਵਾਨ ਜੀ ਆਈਏ ਤੇਰੀ ਸਾਈਡ, ਮੇਰੀ ਬੇਨਤੀ ਹੈ ਚਮਕੌਰ ਭਲਵਾਨ ਜੀ ਪ੍ਰਧਾਨ ਸਾਹਿਬ, ਚਮਕੌਰ ਭਲਵਾਨ ਜੀ ਤੇਰੀ ਸਾਈਡ ਆ ਜਾਈਏ। ਇੱਕੋ ਜੱਫੇ ਦੇ ਉੱਪਰ ਜਗਦੀਪ ਸਿੰਘਾਪੁਰ ਤੇ ਜਤਿੰਦਰ ਭਰਾ ਵੱਲੋਂ ਵੱਡੀ ਮਾਇਆ ਲਗਾਈ ਸੀਗੀ। ਅਗਲੀ ਗੱਲ ਮੈਕ ਤੇ ਸੁੱਗਾ ਸਾਹਿਬ ਲਓ ਸਿਰੇ ਦੀ ਟੱਕਰ ਆ ਖੇਡ ਮੈਦਾਨ ਦੇ ਵਿੱਚ ਨਵੇਂ ਪਿੰਡੀਆ। ਆਹ ਪਾਊ ਰੇਡ ਪਾਉਣੋਂ ਵਾਧਾ ਹੋਇਆ ਸਿਰੇ ਦੀ ਟੱਕਰ। ਪਰ ਕੌਣ ਆ ਇਹ ਕਹਿੰਦੇ ਸੋਖਾ ਭੰਗਾਰੇ ਵਾਲਾ ਆਹ ਫਰੰਦੀ ਪਰੀਏ ਦਾ ਚੰਡਿਆ ਹੋਇਆ ਚੇਲਾ ਬਾਲਕਾ ਤੇ ਪੁਆਇੰਟ ਤੱਕ ਦੇ ਕੀਦੇ ਹਿੱਸੇ ਜਾਵੇਗਾ ਇਹ ਤਾਂ ਰੈਫਰੀ ਦੀ ਵਿਸਲ ਨੇ ਇਸ਼ਾਰਾ ਕਰਨਾ। ਇਹ ਦਿਸਣਾ ਕਮੈਂਟੇਟਰ ਨੇ ਆ ਜਸਵਿੰਦਰ ਜੱਸ ਸਰਪੰਚ ਖੜਾ ਜੱਟ ਨੇ ਗੱਡਾ ਨੋਟਾਂ ਦਾ ਲੱਦਿਆ ਪਰ ਦੱਸਣਾ ਸਾਡਾ ਫਰਜ਼ ਬਣਦਾ ਹੈ ਇਹ ਦੱਸਣਾ ਸਾਡਾ ਫਰਜ਼ ਬਣਦਾ ਹੈ 1000 ਰੁਪਈਆ ਜਿਹੜਾ ਜਸਵਿੰਦਰ ਸਿੰਘ ਜੀ ਜੱਸ ਸਰਪੰਚ ਤੇ ਸਰਦਾਰ ਹਰਜੀਤ ਸਿੰਘ ਜੀ ਤੇ ਨਾਲ ਬਲਜੀਤ ਸਿੰਘ ਜੀ ਸਾਰੇ ਮਿੱਤਰਾਂ ਵੱਲੋਂ ਜਿਹੜਾ 1000 ਪੁੱਜਦਾ ਕਰਤਾ ਆਪਣਾ ਫਰਜ਼ ਬਣਦਾ ਦੱਸਣਾ ਭਰਾ ਗੱਡਾ ਨੋਟਾਂ ਦਾ ਲਈ ਫਿਰਦੇ ਆ ਪੈਸੇ ਰਹਿਣ ਦੀ ਮੈਚ ਬੋਲੀਏ ਥੋੜਾ ਕੁ ਮੈਚ ਬਾਕੀ ਹੈ ਕਿਉਂਕਿ ਮੈਚ ਬੜਾ ਚੋਟੀ ਦਾ ਹੈ ਸੰਗਤ ਇਤਰਾਜ਼ ਕਰ ਰਹੀ ਹੈ ਇੱਕ ਗਰਾਊਂਡ ਕਲੀਅਰ ਕਰੋ ਜੀ ਗਰਾਊਂਡ ਕਲੀਅਰ ਕਰੋ ਲਓ ਮੈਂ ਕੀ ਕਹਿੰਦੇ ਪੱਤਣਾ ਵਾਲਾ ਖੇਡ ਮੈਦਾਨ ਚ ਰੇਡ ਪਾਉਣ ਨੂੰ ਵਧਿਆ ਹੋਇਆ ਚਾਰ ਤਿਆਰ ਬਰ ਤਿਆਰ ਨੇ ਉੜਦੀ ਮਾਂ ਮਿੱਟੀ ਦੀ ਧੂੜ
ਆ ਬਾਪੂ ਕਹਿੰਦਾ ਖੇਡ ਪੱਤਾ ਸ਼ੇਰ ਬਣ ਕੇ ਬਖਾਰੇ ਨੂੰ ਕਬੱਡੀ ਦਾ ਪਲੇਅਰ ਬਣ ਕੇ ਯਾਰ ਬੋਲੀ ਰਿਸ਼ਤੇਦਾਰ ਮਾਣ ਕਰਦੇ ਗੁਣਾ ਬਣਾ ਕੋਈ ਨੀ ਕਿਸੇ ਨੂੰ ਜਾਣਦਾ ਪੁੱਤ ਜਿੰਨਾ ਮਾਵਾਂ ਦੇ ਕਬੱਡੀ ਖੇਡਦੇ ਸਾਰੇ ਖਾਨਦਾਨ ਦਾ ਸ਼ੀਟਾ ਬਲੇਰ ਸਾਡੇ ਵੀਰ ਸਤਿਕਾਰਯੋਗ ਵੀਰ ਨੇ ਪਰ ਸਾਹਮਣੇ ਮੱਖਣ ਸੰਧੂਆਂ ਦਾ ਮੁੰਡਾ ਕਬੱਡੀ ਪਾ ਰਿਹਾ ਹੈ ਗੁਰਜੰਤ ਚੂਗ ਹੋਣੀ ਚਮਕੌਰ ਵੀਰ ਹੋਣੀ ਮਾਣ ਕਰਦੇ ਆ ਪਰ ਇੱਕ ਪਾਸੇ ਸੁੱਖ ਭੰਗਾਲੇ ਵਾਲਾ ਤੇ ਦੂਸਰੇ ਪਾਸੇ ਕਾਮਰੇਟਾਂ ਦੇ ਲਾਣੇ ਵਿੱਚੋਂ ਮੱਖਣ ਸੰਧੂ ਪੁਆਇੰਟ ਲੈ ਕੇ ਵਾਪਸ ਤੇਜ ਪਾਲ ਦੀ ਇੱਕ ਰਨ ਸੁੱਖਾ ਸਾਹਿਬ 1000 ਦੀ ਚਮਕੌਰ ਤੇ ਜੱਜ ਵੀਰ ਹੋਣਾ ਵੱਲੋਂ ਆਓ ਚਮਕੌਰ ਤੇ ਜੱਜ ਵੀਰ ਹੋਣਾ ਲੋਕ ਕਹਿੰਦੇ ਤੇਜ ਪਾਲ ਦੀ ਇੱਕੋ ਹੀ 1000 ਦੀ ਹੈ ਇੱਕੋ ਹੀ 1000 ਦੀ ਆ ਟੱਕਰ ਸਿਰੇ ਦੀ ਹੈ ਮੈਚ ਪਾਲਾ ਤਕੜਾ ਹੈ ਆਓ 7 ਤਰੀਕ 7 ਜੁਲਾਈ ਤੇ 24 ਹਾਰਡ ਆਓ 24 ਕਹਿੰਦੇ ਹਾਰਡ ਹੋਵੇਗੀ ਰੌਣਕਾਂ ਕਹਿੰਦੇ ਬਹਾਦਰ ਨਗਰ ਪਿੰਡ ਚ ਲੱਗਣੀਆਂ ਸਿਰੇ ਦੀ ਟੱਕਰ ਆ ਤੇ ਮਾਈਕ ਤੇ ਛੋਟਾ ਵੀਰ ਰਾਣਾ ਸਿੰਘ ਬਰੀਆ ਚੋਟੀ ਦੀ ਟੱਕਰ ਸੁੱਖਾ ਸਾਹਿਬ ਰੋਜ਼ ਹੀ ਮੈਚ ਹੈ ਰੋਜ਼ਾਨਾ ਸੱਭਿਆਚਾਰ ਮੇਲੇ ਖੇਡ ਮੇਲੇ ਪਰ ਆ ਟੱਕਰ ਇਹ ਆ ਟੱਕਰ ਵੀ ਦੇਖਣ ਯੋਗ ਫਰੰਦੀਪੁਰੀਆ ਗੋਪੀ ਤੇ ਮੰਦਾ ਸੰਗਤਾਂ ਐਵੇਂ ਨਹੀਂ ਖੜੀਆਂ ਸੰਗਤਾਂ ਆ ਦੇਖਣ ਲਈ ਆ ਦੇਖਣ ਲਈ ਆ ਦੇਖਣ ਲਈ ਖੜੀਆਂ ਸਨ ਪਰ ਨੰਬਰ ਮੰਨੇ ਦਾ ਦੋ ਦੋ ਕਬੱਡੀਆਂ ਲਾਸਟ ਦੋ ਦੋ ਕਬੱਡੀਆਂ ਹੋ ਜੇ ਤਾਂ ਸਾਧ ਸੰਗਤ ਜੀ ਆਇਆ ਸਵਾਲ ਤੇ ਤਾੜੀ ਬਾਰੇ ਕੀ ਖਿਆਲ ਆ ਚਮਕੌਰ ਕਾਡਰੋ ਜਿਹੜਾ ਸੱਪ ਕੱਢਣਾ ਕਾਡਰੋ ਜਿਹੜਾ ਸੱਪ ਕੱਢਣਾ ਸਿਰੇ ਦੀ ਟੱਕਰ ਪੈਣ ਭਾਵੀ ਦਾ ਉਧਰ 5 ਤਰੀਕ ਨੂੰ ਬੱਬਰ ਸ਼ੇਰ ਨੇ ਚੜ ਜਾਣਾ ਕਹਿੰਦੇ ਪਾਰਲੀਮੈਂਟ ਦੀਆਂ ਪੌੜੀਆਂ ਆਓ ਸਾਡੇ ਵੀਰ ਕਹਿੰਦੇ ਜੇ ਫਰੰਦੀਪੁਰੀਆ ਜੱਫਾ ਲਾਵੇ ਤੇ ਅੰਮ੍ਰਿਤਪਾਲ ਸਿੰਘ ਦੇ ਨਾਂ ਤੇ ਕਹਿੰਦੇ 2000 ਰੁਪਇਆ ਹੋਵੇਗਾ 2000 ਤੇ 2000 ਜੱਜ ਵੀਰ ਹੋਣੀ ਕਹਿੰਦੇ ਆਪਾਂ ਫਰੰਦੀਪੁਰੀਆ ਜੱਫੇ ਤੇ ਖੁਸ਼ ਹੋ ਕੇ ਦੇਣਾ ਪਰ ਸਾਹਮਣੇ ਪ੍ਰਾਪ ਸੰਧੂ ਤੇ ਕਾਕਾ ਅਮੀ ਸ਼ਾਹ ਪਿੰਡ ਵਾਲਾ ਆ ਟੱਕਰ ਵੀ ਇਹ ਚੋਟੀ ਨੀ ਲੱਗਦਾ ਜੋ ਹਟ ਜਾਓ ਪਿੱਛੇ ਆ ਬੱਚਾ ਪਿੱਛੇ ਲੈ ਆਈਏ ਚਮਕੌਰ ਜੀ ਤੁਹਾਡਾ ਬੇਟਾ ਵੀ ਆਓ ਸਿਰੇ ਦੀ ਟੱਕਰ ਆ ਲਾਸਟ ਰੇਡ ਫਿਰ ਇਧਰੋਂ ਵੀ ਇੱਕ ਤੇ ਉਧਰੋਂ ਵੀ ਇੱਕ ਸੁਖਾ ਸਾਹਿਬ ਚੱਕੀਏ ਮੈਚ ਸੁਰ ਸਿੰਘ ਵਾਲਾ ਮੁੰਡਾ ਆਓ ਮਨ ਤੇਜ ਕਹਿੰਦੇ ਸੁਰ ਸਿੰਘ ਦੀ ਧਰਤੀ ਦਾ ਖੇਡ ਬਣਾਉਣ ਦੇ ਚ ਵਧਿਆ ਹੋਇਆ ਚਾਰ ਤਿਆਰ ਨੇ ਦੇਖਦੇ ਕੌਣ ਗੱਡਾ ਡਈਆਂ ਤੇ ਕਰਦਾ ਪਰ ਆਹ ਮੁੰਡਾ ਕਹਿੰਦੇ ਡੱਕ ਲੈਣ ਦੀ ਗੱਲ ਕਰਦਾ ਪਰ ਪੁਆਇੰਟ ਕਹਿੰਦੇ ਸੁਰ ਸਿੰਘ ਆ ਆ ਚੱਲਿਆ ਕਹਿੰਦੇ ਹਰਿਆਣੇ ਦਾ ਸ਼ੋਰਾ ਆਓ ਹਰਿਆਣੇ ਦਾ ਸ਼ੋਰਾ ਤੱਕਦੇ ਆ ਸੱਤੂ ਖੇਡ ਮੈਦਾਨ ਦੇ ਚ ਅਗਲੀ ਰੇਡ ਪਾਉਣੋਂ ਵਾਧਾ ਹੋਇਆ ਫਰੰਦੀ ਪ੍ਰਿਆ ਅੰਮ੍ਰਿਤਪਾਲ ਦੇ ਸੈਨ ਵਾਲੇ ਆ ਸੱਤੂ ਹਰਿਆਣੇ ਵਾਲਾ ਭੱਜ ਜਾਵੇ ਤਾਂ ਵੀ 1000 ਜੇ ਜੱਫਾ ਲੱਗ ਗਿਆ ਤਾਂ ਵੀ 1000 ਸੱਤੂ ਹਰਿਆਣੇ ਵਾਲਾ ਪਰ ਉਹ ਪਾਸੇ ਆਇਓ ਮੇਰਾ ਰਬਾਟ ਹਾਂਜੀ ਪਹਿਲਾਂ ਤਾਂ 2000 ਦਈਏ ਬਾਈ ਜੀ ਆ ਜੋ ਜਿਹੜੇ ਅੰਮ੍ਰਿਤਪਾਲ ਦੇ ਨਾਂ ਦੇ ਦੇਣਾ ਇੱਧਰ ਵੀਰ ਜੀ ਫਰੰਦੀਪੁਰੀਆ ਆ ਜਾ ਪਿੰਡਿਆ ਮੇਰੇ ਕੋਲ ਆ ਜਾ ਆ ਅੰਮ੍ਰਿਤਪਾਲ ਸਿੰਘ ਦੇ ਨਾਂ ਤੇ 2000 ਜਿਹੜਾ ਗੁਰਦੇਵ ਆ ਵੀਰ ਖੜਿਆ ਲੈ ਲਾ 2000 ਅੰਮ੍ਰਿਤਪਾਲ ਸਿੰਘ ਦੇ ਨਾਂ ਤੇ ਇੱਕ ਜਕਾਰਾ ਗਜਾਈਏ ਕਿਉਂਕਿ ਕੱਲ ਨੂੰ 5 ਤਰੀਕ ਤੇ ਕੱਲ 100 ਚੁੱਕ ਸਮਾਗਮ ਆ ਆ ਬੱਬਰ ਸ਼ੇਰ ਨੇ ਪਾਰਲੀਮੈਂਟ ਦੀਆਂ ਪੌੜੀਆਂ ਚੜ ਜਾਣਾ ਭਾਈ ਅੰਮ੍ਰਿਤਪਾਲ ਸਿੰਘ ਦੇ ਬੋਲੇ ਸਤਿ ਸ਼੍ਰੀ ਅਕਾਲ ਇੱਕ ਭਾਊ ਆਇਆ ਕਹਿੰਦਾ ਮੇਰਾ ਪਰਸ ਨਿਕਲ ਗਿਆ ਬਟੂਆ ਨਿਕਲ ਗਿਆ ਪੈਸੇ ਭਾਵੇਂ ਰੱਖ ਲਓ
ਤੇ ਜਿਹੜੇ ਵਿੱਚ ਜ਼ਰੂਰੀ ਕਾਗਜ਼ ਪੱਤਰ ਸੀਗੇ ਉਹ ਬੇਸ਼ੱਕ ਸਾਉਣ ਵਾਲੇ ਦੇ ਕੋਲ ਉਹ ਬਟੂਆ ਜਿਹੜਾ ਵੀਰ ਬਣ ਕੇ ਬੇਸ਼ੱਕ ਸਿੱਟ ਜਾਓ, ਪਰ ਉਹ ਕਾਗਜ਼ ਪੱਤਰ ਸੀ ਵੀਰ ਵਿੱਚ। ਇਸ ਕਰਕੇ ਵੀਰ ਦਾ ਧੰਨਵਾਦ ਹੈ। ਔਰ ਕੱਲ੍ਹ ਦਾ ਦਿਨ ਪਿੰਡ ਬਲੇਰ ਦੀ ਧਰਤੀ ਤੇ ਤਰਸੇਮ ਸਿੰਘ ਜੀ ਡੋਦੀ ਸਾਹਿਬ ਲਵ ਬਲੇਰੀਏ ਦੇ ਪਿੰਡ ਵੱਡੀਆਂ ਰੌਣਕਾਂ ਬਹਾਰਾਂ, ਲਵ ਸਾਡਾ ਵੀਰ ਯੂਰਪ ਦੇ ਮੈਦਾਨਾਂ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਦਿਖਾ ਰਿਹਾ ਹੈ। ਮਾਨਪੁਰੀਏ ਗਿੰਦੇ ਦੀ ਬਦੌਲਤ ਇਸ ਸਾਲ ਯੂਰਪ ਦੀ ਧਰਤੀ ਤੇ ਖੇਡਣ ਲਈ ਗਿਆ ਹੈ ਜਥੇਦਾਰ ਬਾਬਾ ਤਰਸੇਮ ਸਿੰਘ ਦੋਦੀ, ਉਹਨਾਂ ਦਾ ਲਖ ਤੇ ਜਿਗਰ। ਕੱਲ੍ਹ ਦੇ ਦਿਨ ਦੀਆਂ ਵੱਡੀਆਂ ਰੌਣਕਾਂ ਹੋਣੀਆਂ। ਔਰ ਅੱਜ ਮਹਾਨ ਪ੍ਰਮੋਟਰ ਕੁਲਵੰਤ